ستری پنجاب مل یو ایس اے ٹی وی کے سواگت میں ہاں سنجیو یشکھنہ لے کے حاضر پنجاب چرچہ جنگ خود ہی ایک مسئلہ ہے جنگ کیا مسلوں کا حل دے گی ساہر لو دیانوی صاحب نے بہت خوبصورت لکھیا بڑے سال پہلا کہ خون اپنا ہو یا پرایا ہو نسل آدم کا خون ہے آخر میں گل کیوں کر رہے رہا United Nations ਦੀ ਸਭ ਤੋਂ ਉੱਚੀ ਅਦਾਲਤ ਨੇ ਕੁਝ ਦਿਨ ਪਹਿਲਾਂ ਇਜ਼ਰਾਈਲ ਨੂੰ ਕਿਹਾ ਸੀ ਕਿ ਰਫਾ ਦੇ ਵਿੱਚ ਆਪਣੇ ਹਮਲੇ ਰੋਕ ਦਿਓ ਉੱਥੇ ਸ਼ਰਨਾਰਥੀ ਕੈਂਪ ਨੇ ਪਰ ਤਾਜ਼ਾ ਤਰੀਨ ਹਮਲਾ ਹੋਇਆ ਬੱਚੇ ਮਾਰੇ ਗਏ ਬਜ਼ੁਰਗ ਮਾਰੇ ਗਏ ਔਰਤਾਂ ਮਾਰੀਆਂ ਗਈਆਂ ਸ਼ਰਨਾਰਥੀ ਮਾਰੇ ਗਏ ਔਰ ਇਜ਼ਰਾਈਲ ਦਾ ਕਹਿਣਾ ਕਿ ਅਸੀਂ ਹਮਾਸ ਦੇ ਦੋ ਬੰਦੇ ਮਾਰ ਦਿੱਤੇ ਨੇ ਹੁਣ ਇਹ ਕੀ ਲੌਜੀਕ ਹੈ ਕਿ ਦੋ ਬੰਦਿਆਂ ਪਿੱਛੇ ਤੁਸੀਂ ਹਜ਼ਾਰਾਂ ਬੰਦਿਆਂ ਦੀ ਜਾਨ ਲੈ ਰਹੇ ਹੋ ਔਰ ਜਦੋਂ ਇੰਟਰਨੈਸ਼ਨਲ ਕੋਰਟ ਵੱਲੋਂ ਤੁਹਾਨੂੰ ਇਹ ਕਿਹਾ ਗਿਆ कि ਤੁਸੀਂ جنگ ਨਾ ਕਰੋ جنگ ਰੋਕ ਦੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਫਿਰ ਇੰਟਰਨੈਸ਼ਨਲ ਕੋਰਟ ਦਾ ਮਤਲਬ ਕੀ ਰਹਿ ਜਾਂਦਾ ਹੈ ਇੰਨਾ ਵੱਡੀਆਂ ਵੱਡੀਆਂ ਇੰਟਰਨੈਸ਼ਨਲ ਬਾਡੀਜ਼ ਦਾ ਕੀ ਮਤਲਬ ਰਹਿ ਜਾਂਦਾ ਹੈ ਜੇ ਹੁਕਮਰਾਨਾਂ ਨੇ ਤੇ ਹਕੂਮਤਾਂ ਨੇ ਉਹਨਾਂ ਦੀ ਗੱਲ ਮੰਨਣੀ ਹੋਈ ਨਹੀਂ ਅਮਰੀਕਾ ਹਥਿਆਰ ਸਪਲਾਈ ਕਰ ਰਿਹਾ ਇਜ਼ਰਾਈਲ ਨੂੰ ਇਹ ਸੈਲਫ ਡਿਫੈਂਸ ਵਾਸਤੇ ਸਪਲਾਈ ਕਿਤੇ ਗਈ ਸੀ ਕਿ ਅਟੈਕ ਵਾਸਤੇ ਅਮਰੀਕਾ ਕਹਿ ਰਿਹਾ ਕਿ ਇਜ਼ਰਾਈਲ ਮੇਰੀ ਗੱਲ ਨਹੀਂ ਮੰਨਦਾ ਤੇ ਫਿਰ ਤੁਸੀਂ ਉਹਨੂੰ ਹਥਿਆਰ ਕਿਉਂ ਸਪਲਾਈ ਕਰਦੇ ਪਏ ਹੋ ਮਤਲਬ ਇਹ ਦੋਗਲੀ ਗੇਮ ਕਿਉਂ ਚਲਦੀ ਪਈ ਹੈ ਇਹ ਟੂ ਬੱਕਟ ਥਿਊਰੀ ਕਿਉਂ ਚਲਦੀ ਪਈ ਹੈ ਕਿ ਇੱਕ ਪਾਸੇ ਤੁਸੀਂ ਇਨਸਾਨੀਅਤ ਦੇ ਨਾਤੇ ਮਦਦ ਪਹੁੰਚਾਉਂਦੇ ਹੋ ਖਾਣ ਪੀਣ ਦੀ ਹੋਰ ਜ਼ਰੂਰੀ ਵਸਤੂਆਂ ਦੀ ਤੇ ਦੂਸਰੇ ਪਾਸੇ ਤੁਸੀਂ ਜੰਗੀ ਹਥਿਆਰ ਭੇਜਦੇ ਹੋ ਤਬਾਹੀ ਲਈ ਔਰ ਇੰਟਰਨੈਸ਼ਨਲ ਕੋਰਟ ਦੀ ਇਜ਼ਰਾਈਲ ਸੁਣਦਾ ਨਹੀਂ ਔਰ ਕਹਿੰਦਾ ਕਿ ਸਾਨੂੰ ਕੋਈ ਰੋਕ ਨਹੀਂ ਸਕਦਾ ਹਮਾਸ ਨੂੰ ਤਬਾਹ ਕਰਨ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਹਮਾਸ ਦਾ ਨਾਮੋ ਨਿਸ਼ਾਨ ਮਿਟਾਉਣ ਤੋਂ ਅਸੀਂ ਆਪਣੀ ਮਰਜ਼ੀ ਦੇ ਆਪ ਮਾਲਕ ਹਾਂ ਔਰ ਇਹ ਆਫੀਸ਼ੀਅਲ ਸਟੇਟਮੈਂਟਸ ਆਉਂਦੀਆਂ ਨੇ ਕਾਲ ਨੂੰ ਤਾਂ ਫਿਰ ਕੁਝ ਵੀ ਹੋ ਸਕਦਾ ਵਰਲਡ ਵਾਰ ਛੇੜ ਕੇ ਬਹਿ ਜਾਓ ਇੰਟਰਨੈਸ਼ਨਲ ਬਾਡੀਜ਼ ਇੰਟਰਨੈਸ਼ਨਲ ਕੋਰਟਸ ਕੁਝ ਵੀ ਕਹਿੰਦੇ ਰਹਿਣ ਪਰ ਤੁਸੀਂ ਆਪਣੀ ਮਰਜ਼ੀ ਕਰੋਗੇ ਪਰ ਇੱਥੇ ਅਮਰੀਕਾ ਕਿੱਥੇ ਸਟੈਂਡ ਕਰਦਾ ਹੈ ਕਿਉਂਕਿ ਅਮਰੀਕਾ ਦੀ ਮਰਜ਼ੀ ਤੋਂ ਬਿਨਾ ਔਰ ਅਮਰੀਕਾ ਦੀ ਮੋਰ ਤੋਂ ਬਿਨਾ ਕੋਈ ਵੀ ਕੰਮ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਨਹੀਂ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਸੋ ਕਈ ਸਵਾਲੀਆ ਨਿਸ਼ਾਨ ਲੱਗਦੇ ਪੈਨੇ ਇੰਟਰਨੈਸ਼ਨਲ ਕਮਿਊਨਿਟੀ ਦੇ ਉੱਤੇ ਵਰਲਡ ਪੋਲਿਟਿਕਸ ਦੇ ਉੱਤੇ ਸੋ ਪੂਰੀ ਦੁਨੀਆ ਦੇ ਵਿੱਚ ਮੈਕਸਿਮਮ ਦੇਸ਼ਾਂ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ 50 ਪਲੱਸ ਨੇਸ਼ਨਸ ਦੇ ਵਿੱਚ ਔਰ ਇਹ ਸਾਲ ਦੁਨੀਆ ਦਾ ਸ਼ਾਇਦ ਇਤਿਹਾਸਿਕ ਸਾਲ ਰਹੇਗਾ ਕਿ ਪੂਰੀ ਦੁਨੀਆ ਦੇ ਲੋਕਾਂ ਨੇ ਐਡੀ ਵੱਡੀ ਗਿਣਤੀ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਵੋਟਾਂ ਪਾਈਆਂ ਨੇ ਸੋ ਭਾਰਤ ਤੇ ਆਉਨੇ ਆ ਪੰਜਾਬ ਤੇ ਆਉਨੇ ਆ ਆਪਣੇ ਮਸਲਿਆਂ ਦੇ ਉੱਤੇ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਡਾਕਟਰ ਪਿਆਰੇ لال ਗਰਕ ਵੈਲਕਮ ਟੂ ਪੰਜਾਬ ਚਰਚਾ ਡਾਕਟਰ ਸਰ ਸੁਪਰੀਖ ਬਹੁਤ ਬਹੁਤ 6 ਪੜਾਵਾਂ ਦੇ ਹੋ ਚੁੱਕੇ ਨੇ ਇਲੈਕਸ਼ਨਸ ਵੋਟਾਂ ਪੈ ਗਈਆਂ ਹੁਣ 7ਵਾਂ ਪੜਾ ਪੰਜਾਬ ਹੁਣ ਪੰਜਾਬ ਦੀ ਵਾਰੀ ਹੈ ਪ੍ਰਾਈਮ ਮਿਨਿਸਟਰ ਮੋਦੀ ਆਏ تھے اور ਬਾਕੀ ਸਾਰੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕ ਵੀ ਇੱਥੇ ਆਏ ਔਰ ਉਹਨਾਂ ਨੇ ਆਪਣੀ ਆਪਣੀ ਪਾਰਟੀ ਦੀ ਮਨਸ਼ਾ ਜ਼ਾਹਿਰ ਕੀਤੀ ਔਰ ਪ੍ਰਾਈਮ ਮਿਨਿਸਟਰ ਮੋਦੀ ਤਾਂ ਇੱਕ ਪੁਰਾਣਾ ਨਾਤਾ ਦੱਸਦੇ ਨੇ ਪੰਜਾਬ ਦੇ ਨਾਲ ਔਰ ਪੰਜ ਪਿਆਰਿਆਂ ਦੀ ਗੱਲ ਕੀਤੀ ਹੈ ਦਸ਼ਮੇਸ਼ ਪਿਤਾ ਦੀ ਗੱਲ ਕੀਤੀ ਹੈ ਇਸ ਗੱਲ ਨਾਲ ਤੁਸੀਂ ਕਿੰਨਾ ਇਤਿਫਾਕ ਰੱਖਦੇ ਹੋ ਡਾਕਟਰ ਸਾਹਿਬ ਜਾਂ ਫਿਰ ਉਹਨਾਂ ਦੀ ਜੋ ਪੁਰਾਣੀ ਇੱਕ ਤਰ੍ਹਾਂ ਦੀ ਪ੍ਰਚਾਰ ਕਰਨ ਦੀ ਸ਼ੈਲੀ ਹੈ ਕਿ ਜਿੱਥੇ ਵੀ ਜਾਂਦੇ ਨੇ ਉੱਥੇ ਇੱਕ ਪੁਰਾਣਾ ਨਾਤਾ ਬਣਾ ਲੈਂਦੇ ਨੇ ਜੀ ਡਾਕਟਰ ਸਾਹਿਬ ਅਹ ਦੇਖੋ ਕੰਨਾ ਸਾਹਿਬ ਨਾਤਾ ਬਣਾਉਣਾ ਤਾਂ ਕੋਈ ਮਾੜੀ ਗੱਲ ਨਹੀਂ ਹੁੰਦੀ ਇਹ ਦੇਸ਼ ਨਾਲ ਸਾਰੇ ਲੋਕਾਂ ਨੂੰ ਹੀ ਨਾਤਾ ਬਣਾਉਣਾ ਚਾਹੀਦਾ ਕਿਉਂਕਿ ਪੂਰੇ ਦੇਸ਼ ਨਾਲ ਨਾਤਾ ਕਿਸੇ ਨਾ ਕਿਸੇ ਰੂਪ 'ਚ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਉੱਥੇ ਰਿਹਾ ਵੀ ਹੋਵੇ ਨਾਤਾ ਬਣਾਉਣ ਦਾ ਮਤਲਬ ਡੋਬ ਸਾਰੇ ਪ੍ਰਾਈਮ ਮਿੰისტਰ ਸਾਰੇ ਦੇਸ਼ ਦੇ ਨੇ ਪਰ ਉਹਨਾਂ ਦਾ ਇਹ ਕਹਿਣਾ ਵੀ ਮੈਨੂੰ ਸਿੱਖ ਧਰਮ ਨਾਲ ਬੜਾ ਹੀ ਪ੍ਰੇਮ ਹੈ ਬੜੀ ਮੈਂ ਸ਼ਰਧਾ ਰੱਖਦਾ ਫਲਾਣਾ ਰੱਖਣਾ ਜਿਹੜਾ ਆਪਣੇ ਦਾ ਨਹੀਂ ਹੋਇਆ ਉਹ ਦੂਜੇ ਦਾ ਕਿਵੇਂ ਹੋ ਜੂਗਾ ਦੂਜਿਆਂ ਦੇ ਤੋਂ ਪਹਿਲਾਂ ਹੀ ਢਾਲਣ ਨੂੰ ਫਿਰਦੇ ਨੇ ਚਾਰ ਸ਼ੰਕਰਾਚਾਰੀਆ ਨੇ ਕਹਿ ਦਿੱਤਾ ਕਿ ਵੀ ਨਹੀਂ ਮਦਾਨ ਭਾਈ ਠੀਕ ਨਹੀਂ ਐ pran prastara ਨਹੀਂ ਹੋ ਸਕਦੀ ਚਾਰੇ ਸ਼ੰਕਰਾਚਾਰੀਆਂ ਨੂੰ ਮੋਦੀ ਸਾਹਿਬ ਨਹੀਂ ਬਣਾਉਂਦੇ ਇਲੈਕਸ਼ਨ ਕਮਿਸ਼ਨਰ ਮੋਦੀ ਸਾਹਿਬ ਲਾਉਂਦੇ ਨੇ ਪਰ ਉਹਨਾਂ ਨੂੰ ਨਹੀਂ ਲਾ ਸਕਦੇ ਉਹਨਾਂ ਨੂੰ ਕੋਈ ਸੁਪਰੀਮ ਕੋਰਟ ਨਹੀਂ ਲਾ ਸਕਦੀ ਕਿ ਉਹ ਗੀਤਾ ਦੇ ਵਿੱਚ શ્રીਕ੍ਰਿਸ਼ਨ ਜੀ ਨੇ ਕਿਹਾ ਵੀ ਜਿਹੜਾ ਵੀ ਜਗ ਹੋ ਆਪ ਉਹ ਆਮ ਵਾਸਤੇ ਕਰਿਆ ਜਾਵੇ ਵਿਜੀਵਦਾਨ ਨੂੰ ਤੋੜ ਕੇ ਕਰਿਆ ਜਾਵੇ ਆਪਦੀ ਆਵਾਾਸਤੇ ਕਰਿਆ ਜਾਵੇ ਆਪਦੇ ਨਾਲ ਚ ਵਾਸਤੇ ਕਰਿਆ ਜਾਵੇ ਉਹਦਾ ਚਕਰ ਮੈਂ ਉਹ ਜੇ ਉਹ ਆਪਦੇ ਜਿਨ੍ਹਾਂ ਹਿੰਦੂਆਂ ਦੇ ਸਾਰੇ ਉਹ ਵੋਟ ਲਾਣ ਚਾਹੁੰਦੇ ਨੇ ਹਿੰਦੂ ਦੇ ਨਾਮ ਦੇ ਉੱਤੇ ਜਿਹੜੇ ਹਿੰਦੂਤਵਾ ਦੀ ਗੱਲ ਕਰਦੇ ਨੇ ਜੇ ਉਹਦੇ ਉਹ ਨਹੀਂ ਹੋਏ ਉਹਦੇ ਵਿਜੀਵਦਾਨ ਨੂੰ ਤਾਰ ਤਾਰ ਕਰ ਦਿੱਤਾ ਤਾਂ ਫਿਰ ਉਹ ਸਿੱਖਾਂ ਨੂੰ ਜਿਨ੍ਹਾਂ ਦਾ ਪਹਿਲਾਂ ਹੀ ਉੱਥੇ ਬ੍ਰਾਹਮਣਵਾਦ ਉਹ ਬੜਨਾ ਚਾਹੁੰਦੇ ਨੇ ਪੂਜਾ ਪਾਠ ਹੋਰ ਕਰਨ ਦੇ ਵਿੱਚ ਕਰਮ ਕਾਂਡ ਚ ਪਾਉਣਾ ਚਾਹੁੰਦੇ ਨੇ ਸਿੱਖੀ ਨੂੰ ਉਹਦੇ ਉਹ ਕਿੰਨੇ ਖੈਰਕਾ ਹੋ ਸਕਦੇ ਨੇ ਸਿੱਖਾਂ ਨੂੰ ਇਹ ਸਿੱਖਣਾ ਬਹੁਤ ਤੇ ਜਿਹੜਾ ਉਹਨਾਂ ਨੇ ਉਰੇ ਆ ਕੇ ਨਾਤਾ ਜੋੜਨ ਦੀ ਗੱਲ ਕੀਤੀ ਉਹ ਠੀਕ ਇੱਥੇ ਰਹੇ ਨੇ ਐਮਰਜੈਂਸੀ ਦੇ ਵਿੱਚ ਉਹ ਇੱਧਰ ਸਾਰੇ ਇਸ ਏਰੀਆ 'ਚ ਰਹੇ ਨੇ ਪਰ ਨਾਤਾ ਤਾਂ ਉਹਨਾਂ ਦਾ ਪੂਰੇ ਪਾਸਿਆਂ ਨਾਲ ਹੀ ਹੈ ਨਾਤਾ ਤਾਂ ਉਹਨਾਂ ਦਾ ਆਰਐਸਐਸ ਨਾਲ ਹੈ ਸਭ ਤੋਂ ਜ਼ਿਆਦਾ ਤੇ ਆਰਐਸਐਸ ਨੂੰ ਉਹਨੇ ਘੁੱਡੇ ਨਾਲ ਨਾਤਾ ਨਾ ਤਾਂ ਉਹਨਾਂ ਦਾ ਬੀਜੇਪੀ ਨਾਲ ਹੈ ਬੀਜੇਪੀ ਦੇ ਤਾਂ ਸਾਰੇ ਨੇਤਾ ਕਿਸ ਨੂੰ ਉਹ ਬਰਿਸਟ ਮੰਡਲ ਤੇ ਪਾਤਾ ਕਿਸ ਨੂੰ ਸਲਾਹਕਾਰ ਮੰਡਲ ਤੇ ਪਾਤਾ ਕਿਸੇ ਨੂੰ ਕੁਛ ਕਰਤਾ ਛੱਡੀ ਕੋਈ ਨਹੀਂ ਹੁਣ ਤਾਂ ਦੋ ਹੀ ਲੈ ਗਏ ਸੋ ਇਸ ਕਰਕੇ ਜਿਨੇ ਆਪਦਾ ਸਾਰਾ ਕੁਝ ਖਾੜਿਆ ਤੇ ਮੈਂ ਉਹ ਸ਼ਬਦਾਂ ਨਹੀਂ ਵਰਤਾਂਗਾ ਲੋਕਾਂ ਨੂੰ ਪਤਾ ਵੀ ਕਿਹੜੇ ਕੌਣ ਆਪਦੇ ਬੱਚਿਆਂ ਨੂੰ ਖਾਂਦੇ ਨੇ ਜਿਨੇ ਆਪਦਾ ਸਾਰਾ ਕੁਝ ਹੀ ਖਾ ਲਿਆ ਆਪਣੀ ਪਾਰਟੀ ਵੀ ਆਪਣੀ ਸਿਧਾਂਤ ਵੀ ਤੇ ਆਪਦੇ ਧਰਮ ਦਾ ਵੀ ਉਹ ਦੂਜਾਂ ਦਾ ਕੀ ਕਰੇਗਾ ਇਹ ਸੋਚਣਾ ਕਰਕੇ ਜੀ ਡਾਕਟਰ ਸਰ اور ਜਦੋਂ ਆਪਾਂ ਹੁਣ ਅੱਗੇ ਵੱਧਦੇ ਆ ਅਕਸਰ ਇਹ ਗੱਲ ਹੁੰਦੀ ਹੈ ਕਿ ਕੋਈ ਤੰਦਲੇ ਬਾਜ਼ੀ ਨਾ ਹੋ ਜਾਏ ਵੋਟਾਂ ਦੇ ਵਿੱਚ ਈਵੀਐਮ ਮਸ਼ੀਨਸ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦੇ ਰਹੇ ਨਹੀਂ ਔਰ ਸੁਪਰੀਮ ਕੋਰਟ ਤੱਕ ਇਹ ਸਾਰੇ ਮੈਟਰਸ ਗਏ ਨੇ ਉਦੋਂ ਸੁਪਰੀਮ ਕੋਰਟ ਦੇ ਵਕੀਲਾ ਨੇ ਇੱਕ ਮੂਹਮ ਸ਼ੁਰੂ ਕੀਤੀ ਦੇ ਰੱਖੀ ਕਿ ਇਲੈਕਸ਼ਨਸ ਈਵੀਐਮ ਨਾਲ ਨਹੀਂ ਹੋਣਗੀਆਂ ਫਿਰ 22 ਪੈਡ ਦੀ ਗੱਲ ਹੋਈ ਇਹ तमाम ਗੱਲਾਂ ਹੋਈਆਂ ਪਰ ਫਿਰ ਵੀ ਇਲੈਕਸ਼ਨਸ ਹੋ ਰਹੀਆਂ ਨੇ ਈਵੀਐਮ ਮਸ਼ੀਨ ਨਾਲ ਹੋ ਰਹੀਆਂ ਨੇ ਹੁਣ ਪੰਜਾਬ ਵਿੱਚ ਹੋਣੀਆਂ ਨੇ ਪਹਿਲੀ ਜੂਨ ਨੂੰ ਕੀ ਇਦਾਂ ਦੇ ਉਪਰਾਲੇ ਕੀਤੇ ਜਾਣ ਪੰਜਾਬ ਸਰਕਾਰ ਵੱਲੋਂ ਕਿ ਜਿਹੜੀ ਇਹ ਤੰਦਲੇਬਾਜ਼ੀ ਆਏ ਠੱਗੀ ਠੋਰੀ ਮਸ਼ੀਨ ਦੇ ਰਾਹੀਂ ਹੋ ਸਕਦੀ ਹੈ ਜਿੱਦਾਂ ਕਿ ਸਾਰੇ ਐਕਸਪਰਟਸ ਕਹਿੰਦੇ ਨੇ ਪਬਲਿਕ ਕਹਿੰਦੀ ਹੈ ਉਸ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਜਾਵੇ ਤੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਣ ਜੋ ਡੈਮੋਕ੍ਰੇਸੀ ਦੀ ਸੱਚੀ ਪਰਿਭਾਸ਼ਾ ਹੈ ਡਾਕਟਰ ਸਰ ਕਹਿੰਦੇ ਆ ਖੰਨਾ ਸਾਹਿਬ ਵੀ ਜਿੱਤ ਵਿੱਚ ਸਵਾਲ ਹੈ ਇਲੈਕਸ਼ਨਾਂ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਕੋਈ ਇਧਰ ਉਧਰ ਦੀ ਗੱਲ ਨਾ ਹੋਵੇ ਤਾਂ ਹਰੇਕ ਦੀ ਚਾਹਤ ਹੈ ਹਰੇਕ ਦੀ ਲੋਚ ਹੈ ਇਹ ਕਿਉਂਕਿ ਜੇ ਇਲੈਕਸ਼ਨ ਨਹੀਂ ਠੀਕ ਨਹੀਂ ਹੋਈ ਇਹ ਤਾਂ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਰਹਣਾ ਵੀ ਇਹ ਸਰਕਾਰ ਠੀਕ ਹੈ ਫਿਰ ਉਹਦਾ ਹੁਕਮ ਕਿਉਂ ਮੰਨਣਗੇ ਸਾਡਾ ਸਿਸਟਮ ਇਲੈਕਸ਼ਨਾਂ ਤੇ ਖੜਾ ਹੈ ਇੱਕ ਤਾਂ ਇਹ ਜ਼ਰੂਰੀ ਹੈ ਵੀ ਇਹ ਫ੍ਰੀ ਹੋਣਾ ਪਰ ਸੂਬਾ ਸਰਕਾਰਾਂ ਲਈ ਇਹਦੇ ਵਿੱਚ ਕੋਈ ਰੋੜ ਨਹੀਂ ਹੈਗਾ ਇਹ ਕਹੀ ਜਾਂਦੇ ਨੇ ਬਹੁਤ ਸਾਰੇ ਜਾਣ ਬੁੱਝ ਕੇ ਕਹਿ ਦਿੰਦੇ ਨੇ ਕਈਆਂ ਨੂੰ ਪਤਾ ਨਹੀਂ ਹੁੰਦਾ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅੰਡਰ ਨੇ ਸਾਰੇ ਡੀਸੀ ਡੀਸੀ ਆਰਓ ਹੁੰਦਾ ਹੈ 13 ਦੇ 13 ਜਿਹੜੇ ਕੌਨਸਟੀਚੂਐਂਸੀਆਂ ਚੋਣ ਹੋ ਰਹੀ ਹੈ ਉਹ ਜਿਹੜਾ ਸ਼ਹਿਰ ਦੇ ਨਾਂ ਤੇ ਕੌਨਸੀਚੁਨਸੀਆ ਜਾਂ ਏਰੀਆ ਦੇ ਨਾਂ ਤੇ ਉਹ ਉਸ ਏਰੀਆ ਦਾ ਜਿਹੜਾ ਡੀਸੀ ਹੈ ਉਹ ਉਦਾਹਰਣ ਹੈ ਜੀ ਇਹ ਗੱਲ ਆਪਾਂ ਸਮਝ ਕੇ ਚੱਲਣਾ ਹੈ ਸੋ ਹੁਣ ਉਹ ਆਰੋ ਹੈ ਜਿਹੜਾ ਉਹ ਸਿੱਧਾ ਇਲੈਕਸ਼ਨ ਕਮਿਸ਼ਨ ਦੇ ਚਾਹਤ ਹੈ ਜੇ ਪੰਜਾਬ ਸਰਕਾਰ ਨੇ ਕਿਸੇ ਹੋਰ ਅਧਿਕਾਰੀ ਨੂੰ ਛੱਡੋ ਕਿਸੇ ਨੂੰ ਮੈਡੀਕਲ ਕਾਲ ਚ ਲਾਉਣਾ ਹੋਵੇ ਜੀ ਅਵਾਜ ਵਾਸਤੇ ਵੀ ਉਹ ਵੀ ਉੱਥੋਂ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਨਹੀਂ ਕੋ ਉਹਦੀ ਬਦਲੀ ਨਹੀਂ ਕਰ ਸਕਦੇ ओके सो ਇਸ ਕਰਕੇ ਚੋਣ ਅਧਿਕਾਰੀ ਆਜ਼ਾਦ ਹੁੰਦਾ ਪਰ ਚੋਣ ਅਧਿਕਾਰੀ 'ਤੇ ਵੱਡੇ ਸਵਾਲ ਖੜੇ ਹੋਏ ਨੇ ਦੇਸ਼ ਦੇ ਮੁੱਖ ਚੋਣ ਅਧਿਕਾਰੀ ਜਿੱਤੇ ਉਹ ਜਿਹੜੇ ਵੱਡੇ ਸਵਾਲ ਨੇ ਕਈ ਵਾਰੀ ਚਰਚਾ ਹੋਏ ਨੇ ਕਿ ਵੀ ਬੂਟਾਂ 'ਚ ਹੀਰਾ ਫੇਰੀ ਉਹ ਪਰਤੀ ਰਾਹੀਂ ਹੁੰਦੀ ਸੀ ਉਹ ਬੂਥ ਕਰਟਰ ਨਾਲ ਬੂਥ ਦੇ ਕਵਜਾ ਕਰਕੇ ਹੁੰਦੀ ਸੀ ਉਹ ਗੁੰਡਾਗਰਦੀ ਨਾਲ ਹੁੰਦੀ ਸੀ ਉਹ ਮਸ਼ੀਨ ਦਾ ਬਟਨ ਦਬਾ ਕੇ ਵਾਰ-ਵਾਰ ਹੁੰਦੀ ਸੀ ਉਹ ਮਸ਼ੀਨ 'ਚ ਬੋਟਾਂ ਦੀ ਗਿਣਤੀ ਵਧਾ ਕੇ ਹੁੰਦੀ ਸੀ ਉਹ ਮਸ਼ੀਨਾਂ ਬਦਲ ਕੇ ਹੁੰਦੀ ਸੀ ਇਹ ਸਾਰੇ ਸਵਾਲ ਖੜੇ ਨੇ ਇਹਨਾਂ ਦਾ ਜਵਾਬ ਨਹੀਂ ਦਿੱਤਾ ਗਿਆ ਪਰ ਉਹਨੂੰ ਜਵਾਬ ਨਹੀਂ ਮਿਲਨੇ ਕਿਉਂਕਿ ਸੁਪਰੀਮ ਕੋਰਟ ਨਹੀਂ ਹੱਥ ਛਾੜਦਾ ਛਾੜਦਾ ਜੇ ਸੁਪਰੀਮ ਕੋਰਟ ਨਹੀਂ ਪੰਦਾ ਛਾੜਦਾ ਇਹ ਗੱਲ ਦੇਖੇ ਨੇ باوجود ਕਿ ਵੀ ਬੜਾ ਕੁਝ ਹੋਇਆ ਲੋਕਾਂ ਦਾ ਵਿਸ਼ਵਾਸ ਹੀ ਕਹਿੰਦੇ ਵੀ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ ਜਦ ਵਿਸ਼ਵਾਸ ਹੀ ਨਹੀਂ ਰਿਹਾ ਸਾਡੇ ਡਾਕਟਰ ਹੀ ਚਾਹ ਵੀ ਜੇ ਕੋਈ ਮਰੀਜ਼ ਕਹੇ ਜੀ ਮੈਨੂੰ ਤਾਂ ਤੁਹਾਡੇ ਤੇ ਵਿਸ਼ਵਾਸ ਨਹੀਂ ਤਾਂ ਡਾਕਟਰ ਉਹਦਾ ਇਲਾਜ ਨਹੀਂ ਕਰਨਾ ਚਾਹੀਦਾ ਵੀ ਨਹੀਂ ਗਿਆ ਤੇ ਮੈਂ ਨਹੀਂ ਕਰਦਾ ਜੋਜੀ ਗੱਲ ਜੇ ਕੋਈ ਜੱਜ ਨੂੰ ਕਹਿੰਦਾ ਜੀ ਮੈਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਜੱਜ ਰਿਕਿਊਜ਼ ਕਰ ਜਾਂਦਾ ਇੱਥੇ ਉਹ ਕਹਿੰਦਾ ਨਾ ਮੈਂ ਤਾਂ ਵਚਣਾ ਮੈਂ ਤਾਂ ਠੱਕੇ ਨਾਲ ਕਰਾਉਂਗਾ ਚੋਣ ਮੈਂ ਆਪਣੀ ਮਰਜ਼ੀ ਪਰ ਉਹਦੇ ਵਿੱਚ ਵੱਡਾ ਜਿਹੜਾ ਮੇਰਾ ਜਿਹੜੀ ਮੇਰੀ ਚਿੰਤਾ ਦਾ ਵਿਸ਼ਾ ਪੰਜਵੇਂ ਗੇੜ ਦੀ ਜਦ ਚੋਣ ਹੋਈ 20 ਮੀ ਤਰੀਕ ਨੂੰ ਉਹਨੀਆਂ ਪੌਣੇ 8 ਵਜੇ ਜਿਹੜੀ ਵੋਟਾਂ ਦੀ ਗਿਣਤੀ ਪਾਈ ਉੜੀਸਾ ਦੇ ਵਿੱਚ ਮਹਾਰਾਸ਼ਟਰ ਤੇ ਕਿੰਨੀ ਸਟੇਟਾਂ ਤੇ ਉਹ ਉੜੀਸਾ ਦੀ ਗਿਣਤੀ ਦੀ ਮੈਂ ਦੇਖੀ ਗਿਦੇ ਵਿੱਚ ਪੌਣੇ 8 ਵਜੇ ਜਾਨਕਿ ਚੋਣ ਖਤਮ ਹੋਣ ਤੋਂ 2 ਘੰਟੇ ਬਾਅਦ ਦੀ ਪੌਣੇ 2 ਘੰਟੇ ਬਾਅਦ ਦੀ ਗਿਣਤੀ ਉਹ ਸੀਗੀ ਕਿ ਜੀ 60% VOTING ਪਈ ਹੈ ਤਕਰੀਬਨ ਤਕਰੀਬਨ ਤੇ ਜਿਆਦਾ ਉਹਨਾਂ ਨੇ ਫਿਰ ਪੌਣੇ 11 ਵਜੇ ਪਾਈ ਪੌਣੇ 12 ਤੋਂ ਬਾਅਦ 3 ਘੰਟੇ ਬਾਅਦ ਉਦੋਂ ਪਾਤੀ ਵੀ ਨਹੀਂ 66% ਹੋਈ ਆ ਤਿੰਨ ਘੰਟੇ ਚ ਬਤਾਤੀ ਫੇ 22 ਤਰੀਕ ਨੂੰ ਪਾਤੀ ਉਹਦੇ ਤੇ ਕਹਿੰਦਾ 73% ਹੋਈ ਆ ਜੀ ਹੁਣ 60 ਤੋਂ 73 ਤੀਨਾ ਪ੍ਰਤੀਸ਼ਤ ਵੋਟਾਂ ਵਧੀਆਂ ਉਹ ਕਿਵੇਂ ਵਧੀਆਂ ਮਹਾਰਾਸ਼ਟਰ 8% ਵਧੀਆਂ 13% ਦੇ ਵੋਟਾਂ ਵਧੀਆਂ ਫਿਰ ਤਾਂ ਜਿੱਤੇ ਜਿੱਤੇ ਬੀਜੇਪੀ ਕਿਉਂਕਿ ਉਹਨਾਂ ਨੇ ਹੱਕ ਚ ਕੋਈ ਕਹੂਗਾ ਉਹ ਸਮਝ ਵੀ ਕਿਉਂ ਹੁੰਦਾ ਹੈ ਕਿਉਂਕਿ ਜੇ ਆਪਾਂ ਕਹਿੰਦੇ ਆ ਵੀ ਇਹ ਵੋਟਾਂ ਠੀਕ ਹੋਣ ਜਾਂਦਾ ਸਹੀ ਕਿਉਂ ਨਹੀਂ ਕਹਿਣਾ ਚਾਹੀਦਾ ਜੇ 13% ਗਿਣਤੀ ਵਧੀ ਤੇ ਸ਼ੰਕਾ ਨੇ ਤਾਂ ਹਰੇਕ ਨੂੰ ਹੋਣਾ ਚਾਹੀਦੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਜੀ ਉਸ ਗੇੜ ਤੋਂ ਬਾਅਦ ਕਹਿੰਦੇ ਨੇ, ਉਸ ਗੇੜ ਤੋਂ ਬਾਅਦ ਕਿਹਾ ਹੈ। ਕਹਿੰਦੇ 400 पार ਸੀ ਹੋਣਾ ਹੀ ਹੋਣਾ ਹੈ, ਜਦ ਅਸੀਂ 400 पार ਹੋ ਜਾਾਂਗੇ ਦੂਜੇ ਕੰਨਗੇ ਤਾਂ ਵੋਟਾਂ ਛੇੜਾ ਫੇਰੀ ਹੋਈ ਹੈ। ਇਹ ਤਾਂ ਆਪ ਹੀ ਸਾਬ ਲਾਣ ਉਹ ਇਹ ਕਹਿੰਦੇ ਵੀ ਜਿਹੜੇ ਉਹਨਾਂ ਦੇ ਬਿਆਨ ਨੇ ਆਪ ਹੀ ਦੱਸਨੇ। ਹੁਣ ਮੈਂ ਕਹਿੰਦਾ ਵੀ ਇਹ ਤਾਂ ਸਾਰਾ ਕੁਝ ਅਸੀਂ ਕੁਝ ਨਹੀਂ ਕਰ ਸਕਦੇ। ਪਰ ਸਾਰੀਆਂ ਪਾਰਟੀਆਂ ਜੇ ਚਾਹਣ ਤਾਂ ਇੱਕ ਪੱਧਰ ਦੀ ਛੇੜਾ ਫੇਰੀ ਫਿਰ ਵੀ ਰੋਕ ਸਕਦੇ। ਉਹ ਕੀ ਹੈ? ਉਹੀ ਹੈ ਵੀ ਜਦ ਚੋਣ ਹੋਣੀ ਹੈ ਉਦੋਂ ਇਲੈਕਸ਼ਨ ਏਜੰਟ ਹੁੰਦੇ ਨੇ ਹਮ ਹਰ ਪਾਰਟੀ ਦੇ ਹਰ ਕੈਂਡੀਡੇਟ ਦੇ ਉੱਥੇ ਇਲੈਕਸ਼ਨ ਏਜੰਟ ਵਿੱਚ ਬੈਠੇ ਹੁੰਦੇ ਨੇ ਅੰਦਰ ਉਹ ਬੂਥ ਦੇ ਅੰਦਰ ਉਹ ਜਿਹੜਾ ਇਲੈਕਸ਼ਨ ਏਜੰਟਾ ਹੈ ਉਹਨੇ ਕੀ ਕੀ ਲਿਖਣਾ ਉੱਥੇ ਇੱਕ ਤਾਂ ਪਹਿਲਾਂ ਇੱਕ 17A ਫਾਰਮ ਹੁੰਦਾ ਇਹ ਜਿਹੜੇ ਸਾਡੇ ਚੋਣ ਨਿਯਮ 1961ਤ ਨੇ ਉਹਨਾਂ ਦੀ ਧਾਰਾ 49S 49 ਸਲੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਵੀ ਕਿਵੇਂ ਹੋਣਾ ਜਿੰਨੇ ਕ ਜਿਹਨੇ ਪੜ ਨਹੀਂ ਹੋਏ ਤਾਂ ਪੜ ਸਕਦੇ ਨੇ ਚੋਣ ਨਿਯਮ 1967 ਚੋਣ ਪ੍ਰਕਿਰਿਆ ਦੇ ਨਿਯਮ ਕੰਡਕਟਰ ਇਲੈਕਸ਼ਨ ਦੇ ਰੂਲ 1948 ਉਹਦੇ ਵਿੱਚ ਧਾਰਾ 49 ਐਸਚ ਸਾਰਾ ਕੁਝ ਲਿਖਿਆ ਹੋਇਆ ਵੀ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਕਿਵੇਂ ਇਹ ਰੈਪੇਲ ਨਹੀਂ ਰੁਕਣੀ ਹੈ ਉਹਦੇ ਵਿੱਚ ਇੱਕ 17ਏ ਫਾਰਮ ਹੈ ਉਹ 17ਏ ਫਾਰਮ ਉਹ ਫਾਰਮ ਹੈ ਹਰ ਇੱਕ ਜਿਹੜਾ ਏਜੰਟ ਹੈ ਉਹਦੇ ਕੋਲ ਵੋਟਰ ਸੂਚੀ ਹੁੰਦੀ ਹੈ ਜਿਹੜੇ ਪੋਲਿੰਗ ਅਫਸਰ ਨੇ ਉਹਨਾਂ ਕੋਲ ਵੀ VOTING ਸੱਤੀ ਆ ਪ੍ਰੈਜ਼ਾਈਡਿੰਗ ਅਫਸਰ ਕੋਲ ਵੀ ਆ ਸਾਰਿਆਂ ਦੀ ਆਪਣ ਵਕ ਵਕ ਡਿਊਟੀਆਂ ਹੁੰਦੀਆਂ ਨੇ ਉਹ ਜਦ ਬੰਦਾ ਉੱਥੇ ਅੰਦਰ ਜਾਂਦਾ ਕੋਈ ਵੀ ਇਹ ਗਿਆ ਤੇ ਨਖਣਾ ਸਾਹਿਬ ਚਲੇ ਗਏ ਉਹਨਾਂ ਦਾ ਨੰਬਰ ਜਿੰਨਾ ਮਰਜ਼ੀ ਵੋਟਰ ਸੂਚੀ ਚ ਜੀ ਲਾਈਨ ਚ ਪਹਿਨਾ ਆ ਗਈ ਉਹ ਅੰਦਰ ਜਾਣਗੇ ਸਾਰੇ ਇਲੈਕਸ਼ਨ ਕਮਿਸ਼ਨ ਏਜੰਟਾਂ ਨੂੰ ਜਿਹੜਾ ਇਤਰਾਜ ਕਰਨਗੇ ਜੇ ਖੰਨਾ ਸਾਹਿਬ ਤਾਂ ਹੈ ਹੀ ਨਹੀਂ ਤਾਂ ਪਿਆਰ ਨਾਲ ਕਰ ਗਏ ਯੈਸ ਸਰ ਇਹਦਾ ਛੁੱਠੀ ਵੋਟ ਪਾਉਣ ਆਗੇ ਇਤਰਾਜ ਕਰ ਸਕਦੇ ਨੇ ਜੇ ਉਹ ਕਹਿੰਦੇ ਹਾਂ ਜੀ ਠੀਕ ਹੈ ਅੱਗੇ ਜਾਣਗੇ ਤਾਂ ਉਹਨਾਂ ਦਾ ਨਾਮ ਦਰਜ ਹੋਏਗਾ ਇੱਕ ਕਰ ਕੇ ਜਾਂ ਸਤਾਰਾ ਇਹ ਫਾਰਮ ਆਇਆ ਉਹ ਜਿਸ ਸੀਰੀਅਲ ਨੰਬਰ ਇੱਕ ਪੈ ਜਾਏਗਾ ਵੀ ਪਹਿਲੀ ਵੋਟ ਇਹਨੇ ਪਾਈ ਜੀ ਉਸ ਤੋਂ ਅੱਗੇ ਉਹਦੇ ਸ਼ਾਹੀ ਲੱਗੇਗੀ VOTER ਮਿਲੇਗਾ ਫਿਰ ਉਹ ਅੱਗੇ ਜਾ ਕੇ ਜਿਹੜੀ ਇਲੈਕਟ੍ਰੋਨਿਕ CPU CU CU ਹੁੰਦੀ ਹੈ ਕੰਟਰੋਲਡ ਯੂਨਿਟ ਹਾਂਜੀ ਉਹ ਜਿਹੜੀ ਕੰਟਰੋਲਡ ਯੂਨਿਟ ਹੈ ਉਹੋ ਚੋਣ ਅਧਿਕਾਰੀ ਦੇ ਕੋਲ ਪਈਆ ਉੱਥੇ ਜਿਹੜਾ ਪ੍ਰੈਜ਼ੀਡਿੰਗ ਹੱਥ ਨਾਲ ਜੀ ਉਹ ਉਹਨੂੰ ਸਰਗਰਮ ਕਰਦਾ ਤਾਂ ਅੰਦਰ ਤੁਹਾਡੀ ਵੋਟ ਤੁਸੀਂ ਬਟਨ ਦਮਕੇ ਵੋਟ ਕਰੋਗੇ ਨਹੀਂ ਨਹੀਂ ਤਾਂ ਇਸ ਕਰਕੇ ਉਹ ਸਰਗਰਮ ਕਰਦਾ ਫਿਰ ਤੁਸੀਂ ਅੰਦਰੋਂ ਦਬਦਿਆਂ ਬਟਨ ਜਾ ਕੇ ਤੇ ਫਿਰ ਉਹ ਵੀ ਪੰਡਿਆ ਆਵਾਜ਼ ਆ ਜਾਂਦੀ ਹੈ ਜੀ ਫਿਰ ਤੁਸੀਂ ਬਾਹਰ ਆ ਜਾਂਦੇ ਹੋ ਤੇ ਉਹ ਫਿਰ ਦੂਜੇ ਨੂੰ ਬੁਲਾ ਕੇ ਅੰਦਰ ਤੇ ਫਿਰ ਫਿਰ ਮਸ਼ੀਨ ਹੋ ਅਟਕੀ ਕਿਤਾ ਇਹ ਜਿਹੜੇ ਸਾਡੇ ਬੰਦੇ ਨੇ ਜਿਹੜੇ ਵੀ ਪਾਰਟੀਆਂ ਇਹ ਸਿੱਖਿਆ ਦੇਣ ਇਹ ਟ੍ਰੇਨਿੰਗ ਦੇਣ ਕੇ ਪਾਈ ਇੱਕ ਵੀ ਪਾਈ ਤੋਂ ਬਾਅਦ ਜਿੰਨਾ ਚ ਦੂਜਾ ਬੰਦਾ ਅੰਦਰ ਨਹੀਂ ਜਾ ਰਿਹਾ ਉਹਨਾਂ ਚ ਉਹ ਬਟਨ ਨਹੀਂ ਦਬਨ ਦੇਣਾ ਸੀ ਜੂ ਦਾ ਜੀ ਜੇ ਪਹਿਲਾ ਬੰਦਾ ਹੀ ਅੰਦਰ ਖੜਾ ਸੀ ਜੂ ਦਾ ਬਟਨ ਦੋ ਤਿੰਨ ਵਾਰੀ ਦਬਤਾ ਤਾਂ ਦੋ ਤਿੰਨ ਵਟਾ ਪਾ ਜੂ ਉਹ ਬਿਲਕੁਲ ਠੀਕ ਉਹ ਦਬਨ ਨਹੀਂ ਦੇਣਾ ਬਟਨ ਉਹਦੋਂ ਦਬਨਾ ਜਦੋਂ ਬਾਹਰ ਆ ਗਿਆ ਹੂੰ ਦੂਜਾ ਜੇ ਜਾਊਗਾ ਠੀਕ ਹੈ ਪਰ ਬਟਨ ਉਹਦੋਂ ਦਬਨਾ ਜਦੋਂ ਬਾਹਰ ਆ ਗਿਆ ਨਹੀਂ ਉਹ ਦੁਬਾਰਾ ਨਹੀਂ ਜਾ ਸਕਦਾ ਅੰਦਰ ਠੀਕ ਹੋ ਗਿਆ ਇਹ ਗੱਲ ਇਹਦੀ ਟ੍ਰੇਨਿੰਗ ਦੇਣੀ ਦੂਜਾ ਇਹ ਹੈ ਵੀ ਫਿਰ ਵੋਟਾਂ ਦੀ ਗਿਣਤੀ ਨਾ ਵਧਾ ਦੇਣਾ ਵੋਟਾਂ ਦੀ ਗਿਣਤੀ ਦਾ ਇਹ ਹੈ ਕਿ ਜਿਹੜਾ ਮੈਂ 17 A ਫਾਰਮ ਦੱਸਿਆ ਉਹਦੇ ਚਾਹੇ ਗਿਣਤੀ ਲਿਖੀ ਜਾਂਦੀ ਹੈ ਚਾਹੇ ਤੁਸੀਂ ਸਜ ਕੋ 9 ਵਜੇ ਜਾ ਕੇ ਪੁੱਛਣੋ ਜੀ ਕਿੰਨੀਆਂ ਵੋਟਾਂ ਪਈਆਂ ਉੱਥੋਂ ਫਾਰਮ ਤੇ ਪੜ੍ਹਨਗੇ ਕਹਿੰਗੇ ਜੀ 200 ਪਈਆਂ ਜਾਂ 250 ਪਈਆਂ ਜਾਂ 50 ਪਈਆਂ ਤੁਸੀਂ 7:30 ਜਾ ਕੇ ਫੇਰ ਪੁੱਛਣ ਤਾਂ ਕੋਈ ਹੋਰ ਅਧਿਕਾਰੀ ਆ ਜਾਂਦਾ ਉਹ ਕਹਿੰਦੇ ਹੁਣ ਕਿੰਨੀਆਂ ਕਿੰਨੀਆਂ ਵੋਟਾਂ ਨੇ ਉਹ 7:30 ਉਹਦੇ ਦੇਖਦਾ ਫਾਰਮ ਦੇ ਉੱਤੇ ਉਹ ਕਹਿੰਦੇ ਜੀ ਹੁਣ 65 ਪਈਆਂ ਫਿਰ ਕੋਈ 11 ਵਜੇ ਚਲੇ ਜਾਂਦਾ ਕਹਿੰਦਾ ਜੀ ਹੁਣ 100 ਪਈ ਕਿਉਂਕਿ ਫਾਰਮ ਦਾ ਲਗਾਤਾਰ ਕੰਟੀਨਿਊ ਕਰਨੇ ਰeal time data ਉਹਨਾਂ ਦੇ ਨਾਮ ਹੀ ਉਹਨਾਂ ਦੇ ਦਰਜ ਹੋਣੇ ਨੇ ਜਿਹੜੇ ਪੋਲਿੰਗ ਬੂਥ ਦੇ ਅੰਦਰ ਵੋਟ ਪਾਉਣ ਆ ਗਏ 17 ਨੰਬਰ ਫਾਰਮ ਤੇ 69 ਅਤੇ 17 ਨੰਬਰ ਫਾਰਮ ਦੇ ਉੱਤੇ ਜਦ ਸਾਰੀਆਂ ਵੋਟਾਂ ਪੈ ਚੁੱਕੀਆਂ ਪੈ ਚੁੱਕਣ ਦਾ ਮਤਲਬ ਇਹ ਹੈ ਵੀ ਜੇ 6 ਵਜੇ ਤੱਕ ਚੋਣਾਂ ਦਾ ਟਾਈਮ ਹੈ ਤਾਂ 6 ਵਜੇ ਜਿੰਨੇ ਬੰਦੇ ਲਾਈਨ 'ਚ ਖੜੇ ਨੇ ਉਹ ਸਾਰਿਆਂ ਨੇ ਵੋਟ ਪਾਉਣੀ ਆ ਚਾ 11 ਵਜਾਂ ਜਦੋਂ ਸਾਰੇ ਵੇਅਨ ਖਤਮ ਹੋਗੀ ਉਦੋਂ ਉਹਨੇ ਥੱਲੇ ਇੱਕ ਨਕੀਰ ਮਾਰਨੀ ਹੈ 17A ਦੇ ਉਹਦੇ ਥੱਲੇ ਸਾਈਨ ਕਰਾਉਣੇ ਨੇ ਪੋਲਿੰਗ ਏਜੰਟਾਂ ਦੇ ਇਸ ਕਰਕੇ ਪਾਰਟੀਆਂ ਉਹਨਾਂ ਨੂੰ ਟ੍ਰੇਨਿੰਗ ਦੇਣਾ ਵੀ 17A ਦੇ ਵਿੱਚ 10 ਕੁ ਤੋਂ ਉਦੋਂ ਕਰਨੇ ਜਦ ਆਖਰੀ ਹੋ ਗਿਆ ਤੇ ਤੁਸੀਂ ਐ ਨੰਬਰ ਉੱਤੇ ਪੈ ਗਿਆ ਉਹ ਨੰਬਰ ਪੜ ਕੇ ਆਪਣੇ ਕੋਲ ਨੋਟ ਕਰ ਓਕੇ ਲਿਖ ਇੰਨੀਆਂ ਵੋਟਾਂ ਪਈਆਂ ਨੇ ਇਸ ਪੋਲਿੰਗ ਬੂਥ ਤੇ ਠੀਕ ਹੋ ਗਿਆ ਦੂਜੀ ਗੱਲ ਉਹਨਾਂ ਨੇ ਇਹ ਕਹਿਣਾ ਹੈ ਵੀ ਇਹ ਜਿੰਨੀਆਂ ਵੋਟਾਂ ਨੇ ਇਹਦੀ ਗਿਣਤੀ ਜਿਹੜੀ ਜਿੰਨੀ ਇਹ ਹੈ ਇਹੀ ਗਿੰਚੀ ਅੱਗੋਂ ਇੱਕ ਹੋਰ ਫਾਰਮ ਆ ਆ 17 ਇਹਦੇ ਪਹਿਲਾਂ ਇਹ ਟ੍ਰੇਨਿੰਗ ਦੇਣੀ ਆ ਵੀ 17 ਇਹਦੇ ਜਦੋਂ ਲਾਈਨ ਮਾਰ ਕੇ ਲਾਈਨ ਮਾਰ ਕੇ ਜਿਹੜਾ ਨਹੀਂ ਗੱਸਬੇ ਸਾਈਨ ਕਰਾਉਣੇ ਨੇ ਉਹਨਾਂ ਦਾ 에ਜੰਟਾਂ ਦੇ ਕਰਾਉਣੇ ਨੇ 에ਜੰਟ ਉਦੋਂ ਸਾਈਨ ਕਰਕੇ ਉਦੋਂ ਫਿਗਰ ਬਣ ਵੀ ਆਖਰੀ ਠੀਕ ਹੈ ਇਹ ਉਹਨੇ ਉਹਦਾ ਬਟਨ ਬੰਦ ਕਰਨਾ ਹੈ ਮਸ਼ੀਨ ਦਾ ਜੀ ਕਿਉਂਕਿ ਚੌਂ ਖਤਮ ਹੋ ਗਈ ਮਸ਼ੀਨ ਦਾ ਬਟਨ ਬੰਦ ਕਰਕੇ ਉਹੀ ਜਿਹੜਾ ਇੱਥੇ ਅੰਕੜਾ ਆ ਉਹ ਉੱਥੇ ਉਹੀ ਆਉਣਾ ਚਾਹੀਦਾ ਜੇ ਉਹ ਨਹੀਂ ਆਇਆ ਉਸੇ ਤੋਂ ਨਾ ਆਵੇ ਉਹ ਕਿਉਂ ਨਹੀਂ ਆਉਂਦਾ ਕੋਈ ਬੰਦੇ ਨੇ ਆਪਦਾ ਉੱਥੇ ਨਾਂ ਤਾਂ ਦਰਜ ਕਰਾ ਲਿਆ ਵੋਟ ਕਹਿੰਦਾ ਮੈਂ ਨਹੀਂ ਪਾਵਾਂ ਕੇ ਉਹਦਾ ਵੱਖਰਾ ਲਿਖਿਆ ਜਾਂਦਾ ਉਹ ਵੱਖਰਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਉਹ ਵੀ ਉੱਥੇ ਭਰੀ ਜਾਂਦੀ ਹੈ ਵੀ ਇੰਨਾਂ ਨੇ ਵੋਟ ਨਹੀਂ ਪਾਈ ਜਾਂ ਕਿਸੇ ਦਾ ਨਾਮ ਦਰਜ ਹੋ ਗਿਆ ਪਿੱਛੇ ਰੌਲਾ ਪੈ ਗਿਆ ਵੀ ਇਹਦੀ ਤਾਂ ਵੋਟ ਬੰਦੀ ਹੀ ਨਹੀਂ ਤਾਂ ਹੋਰ ਬੰਦਾ ਉਹਨੂੰ ਵੋਟ ਪਾਉਣ ਤੋਂ ਮਨਾ ਕਰ ਦਿੱਤਾ ਗਿਆ ਜਾਨੀ ਕਿ ਇੱਕ ਨੇ ਆਪ ਮਨਾ ਕਰਤਾ ਇੱਕ ਨੂੰ ਪੋਲਿੰਗ ਪਾਰਟੀ ਨੇ ਮਨਾ ਕਰਤਾ ਉਹ ਦੋਨੇ ਵੱਖਰੇ ਵੱਖਰੇ ਵੱਖਰ ਗਿਣਤੀ ਸ਼ੁਰੂ ਹੁੰਦੀ ਹੈ ਕਿ 17 A ਦੇ ਵਿੱਚ ਉਹ ਵੀ ਭਰੀ ਜਾਂਦੀ ਹੈ ਨਾਲ ਆਂਦੇ ਆਂਦੇ ਨੇ ਮਨਾ ਕਰਿਆ ਇਹਨਾਂ ਨੂੰ ਅਸੀਂ ਮਨਾ ਕਰਿਆ ਸੋ ਉਹਨਾਂ ਦੋਹਾਂ ਨੂੰ ਘਟਾ ਕੇ ਬਾਕੀ ਜਿੰਨਾ ਉਹ ਵਰਣ ਉਹਦੇ ਕਿਉਂ ਨਾ ਚਾਹੁੰਦਾ ਜਦੋਂ ਦਾ ক্লোਜ਼ ਬਟਨ ਜਾਨੀ ਕਿ ਬੰਦ ਕਰਨ ਦਾ ਬਟਨ ਦਬਦੇ ਨੇ EVM ਦਾ ਉਦੋਂ ਉਹ ਗਿਣਤੀ ਹੋਣੀ ਚਾਹੀਦੀ ਹੈ ਜਿਹੜੀਆਂ ਦੋ ਅੰਕਲੇ ਕੱਢ ਕੇ ਬਾਹਰ ਹੋਵੇ ਉਹ ਗਿਣਤੀ ਆ ਜਿਹੜੀ ਉਦੋਂ ਫੇਰ ਇੱਕ ਫਾਰਮ ਹੈ 17 C 17C ਫਾਰਮ ਦੇ ਵਿੱਚ ਉਹ ਗਿਣਤੀ ਭਰੀਆਂ ਜਾਣੀਆਂ ਨੇ ਤਿੰਨੇ ਵੀ ਟੋਟਲ ਬੰਦੇ ਅੰਦਰ ਐ ਇੰਨੇ ਆਏ ਇੰਨਿਆਂ ਨੂੰ ਵੋਟ ਪਾਉਣ ਤੋਂ ਮਨਾ ਕਰ ਦਿੱਤਾ ਗਿਆ ਇੰਨਿਆਂ ਨੇ ਆਪ ਨਹੀਂ ਵੋਟ ਪਾਈ ਤੇ ਇੰਨੀਆਂ ਵੋਟਾਂ ਪੂਰ ਹੋਈਆਂ ਹੁਣ ਇਹ ਜਿਹੜੇ ਨੇ 17C 'ਚ ਭਰੇ ਜਾਂਦੇ ਨੇ ਸਾਰੇ ਅੰਕੜੇ ਇਹ ਉੱਥੇ ਜਿਹੜੇ ਪੋਲਿੰਗ ਏਜੰਟ ਨੇ ਉਹਨਾਂ ਨੇ ਦੇਖਣਾ ਆ ਵੀ 17 'ਚ ਜਿੰਨੇ ਭਰੇ ਹੋਏ ਨੇ ਗਿਣਤੀ ਉਹ ਉੱਥੇ ਦਰਜ ਹੋਗੀ ਜਿਨ੍ਹਾਂ ਨੂੰ ਮਨਾ ਕਰ ਦਿੱਤਾ ਗਿਆ ਉਹ ਵੀ ਦਰਜ ਹੋਗੀ ਜਿਨ੍ਹਾਂ ਨੇ ਆਪ ਮਨ ਕਰ ਤਾ ਵੀ ਅਸੀਂ ਨਹੀਂ ਵੋਟ ਪਾਉਂਦੇ ਉਹ ਵੀ ਦਰਜ ਹੋ ਗਈ ਫਿਰ ਉਹ ਘਟਾ ਕੇ ਜਿੰਨੇ ਮਸ਼ੀਨ ਚ ਨੇ ਬਹਿੰਨਿਆਂ ਦੀਆਂ ਵੋਟਾਂ ਪਈਆਂ ਨੇ ਉਹ ਓਨੇ ਹੀ ਬੰਦੇ ਨੇ ਛੋਟੋ ਛੋਟੇ ਲਿਖੇ ਗਏ ਨੇ ਉਹਦੇ ਉੱਤੇ ਵੀ ਪਉਣਗੇ ਏਜੰਟਾਂ ਦੇ ਦਸਤਖਤ ਹੋਣੇ ਨੇ ਸਾਰਿਆਂ ਦੇ ਹੂੰ ਉਹ ਸਰਕਾਰ 17C ਫਾਰਮ 'ਚ ਵੀ ਸਾਰੇ ਪਉਣਗੇ ਏਜੰਟਾਂ ਦੇ ਦਸਤਖਤ ਹੋਣੇ ਨੇ ਫਿਰ ਉਹਦੀ ਈਕ ਇੱਕ ਕਾਪੀ ਜਿਹੜੀ ਆ ਉਹ ਉਸ ਫਾਰਮ ਦੀ 17C ਦੀ ਉਹ ਹਰੇਕ ਪਉਣਗੇ ਏਜੰਟ ਨੂੰ ਦੇਣੀ ਆ ਚਾਹੇ ਉਹ ਮੰਗੇ ਚਾਹੇ ਨਾ ਮੰਗੇ ਆ ਮੈਂ ਰੂਦ ਦਿਖਾ ਰਿਹਾ ਹਾਂ ਇਹ ਰੂਲਾਂ ਦੇ ਵਿੱਚ ਲਿਖਿਆ ਜਿਹਨੇ ਵਾਕੇ ਦੇਖਣਾ ਹੋਵੇ ਉਹ ਦੇਖ ਲੈ ਇਹ ਹੈਗੀ ਆ ਪ੍ਰੈਜ਼ਾਈਡਿੰਗ ਅਫਸਰਾਂ ਵਾਸਤੇ ਜੀ ਕਾਪੀ ਹੈ ਇਹ ਪੋਲਿੰਗ ਏਜੰਟਾਂ ਨੂੰ ਵੀ ਮਿਲਦੀ ਆ ਮੈਂ ਪ੍ਰੈਜ਼ਾਈਡਿੰਗ ਅਫਸਰਾਂ ਲਈ ਰਾਹੀ ਆ ਪ੍ਰੈਜ਼ਾਈਡਿੰਗ ਅਫਸਰਾਂ ਵਾਸਤੇ ਜਿਹੜੀ ਕੌਨ ਕਮਿਸ਼ਨ ਨੇ ਹਦਾਇਤਾਂ ਨੇ ਉਹ ਮੈਂ ਡਾਊਨਲੋਡ ਕਰਿਆ ਹੋਇਆ ਨੇ ਸੋ ਇਸ ਕਰਕੇ ਆ ਜਿਹੜਾ ਉਤਿਆਸ ਸਪੱਸ਼ਟ ਲਿਖਿਆ ਹੈ ਵੀ 49 ਇਸ ਦੇ ਤੈਤ ਹੋਣਾ ਕਿ ਇਦਾਂ ਇਦਾਂ 17 ਸੀ ਫਾਰਮ ਲਿਖਿਆ ਵਿੱਚ ਸੋ ਇਹ ਜਿਨੀਆਂ ਚੋ ਜਿਹੜੀਆਂ ਪਾਰਟੀਆਂ ਨੇ ਆਪਦੇ ਸਾਰੇ ਏਜੰਟਾਂ ਨੂੰ ਇਹ ਗੱਲ ਸਮਝਾਉਣ 20 17 C ਦੇ ਉੱਤੇ ਵੀ ਸਵੇਰੇ ਸਾਈਨ ਨਹੀਂ ਕਰਦੇ ਨੇ 17 A ਤੇ ਵੀ ਸਾਈਨ ਨਹੀਂ ਕਰਨੇ ਕਿਉਂਕਿ ਚੋਣ ਬੰਦ ਹੋਏ ਤੇ ਸਾਈਨ ਹੋਏ ਨੇ ਸਵੇਰੇ ਸਿਰਫ ਸਾਈਨ ਉਸ ਕਰਦੇ ਕਦੋਂ ਨੇ ਜਿਹੜੀ ਆਪ ਤਾਂ ਕਹਿੰਦੇ ਰਿਹਸਲ ਦੀ ਡ੍ਰਿਲ ਲੈ ਮੌਕ ਡ੍ਰਿਲ ਆਸ ਤੋਂ ਰਿਹਸਲ ਨਹੀਂ ਰਸ ਤੋਂ ਰਹਿਣਾ ਹੁੰਦੀ ਆ ਉਥੇ ਚੈੱਕ ਕਰਨ ਵਾਲੀ ਡ੍ਰਿਲ ਕਹਿ ਸਕਦੇ ਆ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਚੈੱਕ ਕਰ ਲੈਣਾ ਮਸ਼ੀਨ ਚ ਬੋਟਾ ਠੀਕ ਕਰਿਆ ਨਹੀਂ ਗਿਣਤੀ ਬਿਲਕੁਲ ਉਹ ਟ੍ਰੇਨਿੰਗ ਉਸ ਉਸ ਗੱਲ ਦੇ ਉੱਤੇ ਦਸ ਕੁ ਕਰਨੇ ਨੇ ਹੋਰ ਕਿਸੇ ਗੱਲ ਤੇ ਦਸ ਕੁ ਨਹੀਂ ਕਰਨੇ ਕਿਸੇ ਕੋਰੇ ਕਾਗਜ਼ ਤੇ ਨਹੀਂ ਕਰਨੇ ਕਿਸੇ ਕੋਰੇ ਫਾਰਮ ਤੇ ਨਹੀਂ ਕਰਨੇ ਤਾਂ ਦੂਜੀ ਗੱਲ ਇਹ ਟ੍ਰੇਨਿੰਗ ਦੇਣੀ ਆ ਵੀ ਸਵੇਰੇ ਤੁਸੀਂ ਸਿਰਫ ਮੌਕ ਡਰਿਲ ਤੇ ਦਸ ਕੁ ਕਰਨੇ ਨੇ ਬਾਕੀ ਤੁਸੀਂ 17 ਇਹ 17 ਸੀ ਕਿਸੇ ਫਾਰਮ ਤੇ ਦਸ ਕੁ ਨਹੀਂ ਕਰਨੇ ਜੀਲਣਾ ਮਰਜੀ ਕਹੀ ਜਾਂ ਨਹੀਂ ਜੀ ਫਿਰ ਟਾਈਮ ਨਹੀਂ ਹੋਣਾ ਜੀ ਫਿਰ ਐਨੇ ਦਸ ਕੁ ਕਰਾਉਣ ਤੇ ਟਾਈਮ ਬਗ ਜਾ ਕੋਈ ਨਹੀਂ ਜਿੱਥੇ ਬੋਟਾਂ ਤੇ ਐਨਾ ਟਾਈਮ ਲੱਗਿਆ ਹੋਰ ਅੱਧਾ ਘੰਟਾ ਲੱਗ ਜਾ ਦਸ ਕੁ ਤੇ ਬਾਅਦ ਚ ਕਰਨਾ ਇਹ ਟ੍ਰੇਨਿੰਗ ਦੇਣੀ ਹੈ ਜੋ ਕਿ ਜੇ ਤੁਸੀਂ ਪਹਿਲਾਂ ਦੱਸ ਦੋ ਤਾਂ ਫਿਰ ਜਿਹੜੇ ਮਰਜ਼ੀ ਨਾਮ ਲਿਖ ਦੋ ਤੁਸੀਂ ਫਿਰ ਤਾਂ ਕੋਈ ਝਗੜਾ ਹੀ ਨਹੀਂ ਯਾਨੀ ਖਾਣੇ ਵਾਲੇ ਇਹੀ ਕਰਦੇ ਨੇ ਖਾਣੇ ਆੜੇ ਕੋਲੇ ਕਾਗਜ਼ ਨੰਦ ਦਿੰਦੇ ਸੀ ਫਿਰ ਘਾ ਲੈਂਦੇ ਨੇ ਬੰਦਿਆਂ ਦੇ ਯਾਨੀ ਕਿ ਪੂਰੀ ਹਾਂਜੀ ਔਰ ਇਹ ਸੀਐਮ ਭਗਵੰਤ ਸੰਧੂ ਦਾ ਇੱਕ ਗੱਲ ਨਾ ਕਹਿ ਕੇ ਖਤਮ ਕਰਨਾ ਹੁੰਦੀ ਗੱਲ ਸੋ ਦੂਜੀ ਇਹ ਟ੍ਰੇਨਿੰਗ ਦੇ ਤੀਜੀ ਟ੍ਰੇਨਿੰਗ ਇਹ ਦੇਣਾ ਵੀ ਉੱਥੋਂ ਉਹਨਾਂ ਨੂੰ ਕਿਉਂਕਿ 17 ਸੀ ਫਾਲ ਉਹਨਾਂ ਨੂੰ ਆਪ ਨੂੰ ਮਿਲਣਾ ਉਹੀ 17 ਸੀ ਸੀਨ ਬੰਦ ਕਰਕੇ ਉਹ ਕਿਤੇ ਗਿਆ ਜਾਣਾ ਹੈ ਅਰੋਹ ਕੋਲੇ ਉਹੀ 17 ਸੀ ਇੱਕ ਅਨਸੀਲ ਬਿਨਾ ਮੋਹਰ ਬੰਦ ਵੀ ਭੇਜਿਆ ਜਾਣਾ ਇਹ ਸਾਰਾ ਕੁਝ ਉਹ ਦੇਖ ਲੈਣਾ ਕਿ 17 ਸੀ ਫਾਰਮੂਲਾ ਕੋਲ ਹੈ ਉਹ ਆਪਦਾ ਨਾਮ ਲੈ ਕੇ ਉਹਨਾਂ ਧਿਆਨ ਨਾਲ ਇਸ ਤੋਂ ਅੱਗੇ ਹੈ ਜਿਹੜੀ VOTING MACHINE ਹੈ ਉਹਨੂੰ ਜਦ ਵੱਖਰਾ ਕਰਨਾ ਹੈ ਉਦੋਂ ਪਹਿਲਾਂ ਉਹਦੇ ਸਾਰੇ ਸਵਿਚ ਆਫ ਕਰਨੇ ਨੇ ਜੀ ਸਵਿਚ ਆਫ ਕਰਨ ਤੋਂ ਬਾਅਦ ਉਹਨਾਂ ਨੇ ਉਹਦੀ ਪਹਿਲਾਂ ਕੰਟਰੋਲਡ ਯੂਨਟ ਵੱਖਰੀ ਕਰਨੀ ਹੈ ਜੀ ਤਾਂ ਕਿ ਮੁਰਕੇ ਕੰਟਰੋਲ ਤੋਂ ਅੱਗੇ ਵੋਟ ਜਾ ਸਕੇ ਇਹਨੂੰ ਉਹਨੇ ਉਹਦੀ ਵੀਵੀ ਪੈਟਰੀ ਯੂਨਟ ਵੱਖਰੀ ਕਰਨੀ ਹੈ ਫਿਰ ਉਹਦੀ ਬੈਟਰੀ ਕੱਢਣੀ ਹੈ ਫਿਰ ਉਹਨੂੰ ਸੀਲ ਕਰਨਾ ਹੈ ਬਹੁਤ ਲੰਬਾ ਪ੍ਰੋਸੈਸ ਹੈ ਡਾਕਟਰ ਸਾਹਿਬ ਔਰ ਸੀਐਮ ਭਗਵੰਤ ਜੀ ਦੀ ਮੈਂ ਗੱਲ ਕਰ ਰਿਹਾ ਸੀ ਸੀਐਮ ਭਗਵੰਤ ਮਾਨ ਉਹਨਾਂ ਦੀ ਖਾਸ ਰਿਸਪੌਂਸਿਬਿਲਟੀ ਕਿਉਂਕਿ ਉਹ ਹਮੇਸ਼ਾ ਕਹਿੰਦੇ ਨੇ ਕਿ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਕਰ ਦਿੱਤਾ ਤੇ ਹੁਣ ਇਹ ਵੋਟਾਂ ਦਾ ਸਾਰਾ ਪ੍ਰੋਸੈਸ ਭ੍ਰਸ਼ਟਾਚਾਰ ਮੈਂ ਕਹਿਣਾ ਨਸਬ ਆਪਾਂ ਇਹ ਗਲਤ ਨਾ ਕਹੀਏ ਨੀੰਦੀ ਕੋਈ ਜ਼ਿੰਮੇਵਾਰ ਨਹੀਂ ਸੀਐਮ ਗਖਨ ਜੀ ਕਰ ਹੀ ਨਹੀਂ ਸਕਦਾ ਸੀਐਮ ਕੋਲੇ ਕੋਈ ਅਧਿਕਾਰ ਨਹੀਂ ਇਵਨ ਪੀਐਮ ਕੋਲ ਕੋਈ ਅਧਿਕਾਰ ਨਹੀਂ ਦੇਖੋ ਨਾ ਅਧਿਕਾਰ ਨਾ ਦੇਖ ਨਾ ਦੀ ਹੀਰਾ ਫਿਲੀ ਹੋਏਗੀ ਸਿਰਕਿਓਨ ਕਮਿਸ਼ਨ ਕਰ ਸਕਦਾ ਹੈ ਹੋ ਅਕਾ ਸਭ ਤੋਂ ਇਹ ਕੋਈ ਐਮਰਬੇ ਕੋਈ ਅੰਤੀ ਕੋਈ ਕੈਂਡੀਡੇਟ ਕੋਈ ਦਖਲ ਨਹੀਂ ਕਰ ਸਕਦਾ ਇਲੈਕਸ਼ਨ ਕਮਿਸ਼ਨ ਕਰ ਸਕਦਾ ਹੈ ਇਲੈਕਸ਼ਨ ਕਮਿਸ਼ਨ ਕਰੇਗਾ ਸੋ ਇਹ ਜਿਹੜੀਆਂ ਹੈਗੀਆਂ ਉਹ ਦੇਖਣ ਵੀ ਇਦਾਂ ਹੀ ਬੰਦ ਹੋਇਆ ਪਹਿਲਾਂ ਸਵਿਚ ਆਫ ਕਰਤੀ ਫਿਰ ਉਸ ਤੋਂ ਬਾਅਦ ਸੀਪੀਯੂ ਜਿਹੜੀ ਸੀਯੂ ਹੈ ਕੰਟਰੋਲ ਯੂਨਿਟ ਉਹ ਵਕਰੀ ਕਰਤੀ ਫਿਰ ਵੀਵੀਪੈਟ ਵਕਰੀ ਕਰਤੀ ਫਿਰ ਮਸ਼ੀਨ ਸੀਲ ਕਰਨ ਤੋਂ ਪਹਿਲਾਂ ਇਹਨਾਂ ਦੀਆਂ ਬੈਟਰੀਆਂ ਕੱਢਣੀਆਂ ਇਹ ਸਾਰਾ ਕੁਝ ਫੀਲ ਹੋ ਗਿਆ ਇਹ ਹੋ ਗਿਆ ਇੱਥੇ ਤਸਵੀਰ ਇਹਦੋਂ ਅੱਗੇ ਆ ਕੇ ਆਪਦੇ ਦਫ਼ਤਰ ਦੇ ਵਿੱਚ ਜਾਂ ਆਪਦੇ ਘਰ ਜਾਂ ਜਿੱਥੇ ਵੀ ਕੋਈ ਆਪਦੀ ਵਟਸਐਪ ਦੀ ਫੋਟੋਕਾਪੀ ਕਰ ਲੈ ਕੇ ਆਪਣਾ ਖਿੱਚ ਕੇ ਫੋਟੋ 13 17 ਸੀ ਫਾਰਮ ਦੀ ਆਪ ਜੇ ਉੱਥੇ ਜਿਹੜਾ ਵੀ ਉਹਨਾਂ ਦਾ ਚੋਣ ਦਾ ਦਫ਼ਤਰ ਬਣਿਆ ਹੋਇਆ ਜਿੱਦੇ ਦਾ ਉਸ ਕੰਪੀਟੈਂਸੀ ਦਾ ਉੱਥੇ ਪੇਜ ਦੇਣਾ ਤਾਂ ਕਿ ਜਿੱਦੇ ਗਿਣਤੀ ਹੋਣੀ ਹੈ ਉਹਦੇ ਜਦ ਮੰਨ ਲੋ ਯਾ ਚੰਡੀਗੜ ਹੈ ਆਪਾਂ ਬੈਠਿਆ ਸੀ 50 ਸੈਕਟਰ ਵਿੱਚ ਬੈਠਾ ਵੀ ਜਿਹੜਾ 50 ਸੈਕਟਰ ਦਾ ਬੂਥ ਹੈ ਜਦੋਂ ਉਹਦੀ ਮਸ਼ੀਨ ਆਉਣੀ ਹੈ ਉਹ ਨਾਲ ਦੀ ਨਾਲ ਜਿਹੜਾ ਚੋਣ ਆ ਜਿਹੜਾ ਕੈਂਡੀਡੇਟ ਦਾ ਉੱਥੇ ਗਿਣਤੀ ਦੇ ਵਿੱਚ ਏਜੰਟ ਹੈ ਉਹ ਨਾਲ ਦੀ ਨਾਲ ਕੋਈ ਨਹੀਂ ਜੀ ਦੇਖੋ ਅਜੇ ਨਾ ਖੋਲਿਓ ਉਹ ਪਹਿਲਾਂ ਉਹ ਫਾਰਮ ਕੱਢ ਲੇ 17 ਸੀ 50 ਸੀ ਵਾਲੇ ਏਜੰਟ ਦਾ ਉਹ ਫਾਰਮ 'ਚ ਜਿਹੜੇ 10 ਕੱਦੇ ਉਸਦੇ ਨਾਲ ਮਲਾਵੇ ਜੀ ਉਹੀ 10 ਕੱਦੇ ਹੈ ਰੇੜੇ ਦੀ ਤਾਂ ਨਹੀਂ ਹੋ ਕਹਾ ਸ਼ੁਰੂ ਕਰਾਵੇ VOTING ਆ ਦੋ ਗੱਲਾਂ ਨੇ ਇਹਨਾਂ ਦਾ ਧਿਆਨ ਰੱਖ ਕੇ EVM ਦਾ ਨੰਬਰ ਹੋਰ ਸਾਰਾ ਕੁਝ ਪਾਇਆ ਹੁੰਦਾ ਸੋ ਪਾਰਟੀਆਂ ਇਹਦੀ ਜਿਹ ਟ੍ਰੇਨਿੰਗ ਦੇ ਦੇਣੀਆਂ ਤਾਂ ਜਿਹੜੀ ਬਾਅਦ ਦੀ ਹੀਰੇ ਫੇਰੀ ਜਿਹੜੀ ਪਹਿਲਾਂ ਹੋ ਗਈ ਹੋ ਗਈ ਬਾਅਦ ਦੀ ਹੀਰੇ ਫੇਰੀ ਨਹੀਂ ਹੋ ਪਾਈ ਰੁਕ ਸਕਦੀ ਆ ਸੋ ਆਪਾਂ ਇਸ ਗੱਲ ਤੇ ਆਉਨੇ ਆ ਹੁਣ ਡਾਕਟਰ ਸਰ ਕੇ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਮੀਡੀਆ ਦੇ ਵਿੱਚ ਸਾਡੀ ਜਿਹੜੀ ਵਿਸ਼ਵ ਗੁਰੂ ਦੀ ਇਮੇਜ ਹੈ ਉਹਦੇ ਬਾਰੇ ਲਗਾਤਾਰ ਡਿਸਕਸ਼ਨਸ ਹੋ ਰਹੀਆਂ ਨੇ ਕਿ ਇਹ ਜਿਹੜੀ ਤੀਸਰੀ ਟਰਮ ਮੈਂ ਪ੍ਰਾਈਮ ਮਿਨਿਸਟਰ ਮੋਦੀ ਦੀ ਹੋਰ ਤੀਸਰੀ ਵਾਰ ਵੀ ਬਣਨਾ ਚਾਹੁੰਦੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਭਾਜਪਾ ਨੂੰ ਲਿਆਣਾ ਚਾਹੁੰਦੇ ਨੇ ਸੱਤਾ ਦੇ ਵਿੱਚ ਉਸ ਦੇ ਵਾਸਤੇ ਕੋਸ਼ਿਸ਼ ਹੁੰਦੀ ਪਈ ਹੈ। ਸੋ ਪਹਿਲਾ ਪੁਆਇੰਟ ਹੋਏ ਰੱਖਦੇ ਨੇ ਕਿ 10 ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੀ ਹਕੂਮਤ ਦੇ ਦੌਰਾਨ ਭਾਰਤ ਅੱਜ ਕਿੱਥੇ ਖੜਾ ਹੈ? ਯੰਗ ਜਨਰੇਸ਼ਨ ਪਿੱਛੇ ਕਰ ਦਿੱਤੀ ਗਈ ਹੈ ਕਿਉਂਕਿ ਜੌਬਸ ਦੀਆਂ ਇੰਨਾ ਜ਼ਿਆਦਾ ਕ੍ਰਾਈਸਿਸ ਪੈਦਾ ਹੋ ਗਈਆਂ ਨੇ। ਦੂਸਰੀ ਆਮ ਜਨਤਾ ਮਹਿੰਗਾਈ ਬਹੁਤ ਜ਼ਿਆਦਾ ਫਿਰ ਸਿਟੀਜ਼ਨਸ਼ਿਪ ਐਕਟ ਦੀ ਗੱਲ ਹੁੰਦੀ ਹੈ ਫਾਰਮਰਸ ਦੀ ਗੱਲ ਹੁੰਦੀ ਹੈ ਫਰੀ ਰਾਸ਼ਨ ਦੀ ਗੱਲ ਹੁੰਦੀ ਹੈ ਮਤਲਬ ਔਰ ਜਿਨੇ ਕਰਜ਼ੇ ਲیتے ਗਏ ਨੇ ਉਹ ਭਾਰਤ ਸਰਕਾਰ ਨੇ ਲਿੱਤੇ ਨੇ ਆਈਐਮਐਫ ਨੇ ਵੀ ਵਾਰਨਿੰਗ ਦੇ ਦਿੱਤੀ ਹੈ ਇੱਥੇ ਤੱਕ ਗੱਲ ਹੋਈ ਹੈ ਔਰ ਜ਼ਿਆਦਾ ਇਨ ਇਕੁਐਲਿਟੀ ਨਾ ਬਰਾਬਰਤਾ ਜ਼ਿਆਦਾ ਹੋ ਚੁੱਕੀ ਹੈ ਇਹ ਸਭ ਗੱਲਾਂ ਹੋਈਆਂ ਨੇ ਫਿਰ ਵੀ ਅਸੀਂ ਕਹਿ ਰਹੇ ਹਾਂ ਕਿ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣੀ ਹੈ ਪੰਜਵੀਂ ਦਾ ਬਣ ਚੁੱਕੇ ਹੁਣ ਤੀਸਰੀ ਬਣਨੀ ਹੈ ਇਹ तमाम ਗੱਲਾਂ ਹੁੰਦੀਆਂ ਪਈਆਂ ਨੇ ਤੁਹਾਨੂੰ ਲੱਗਦਾ ਕਿ ਇਹ ਸਭ ਗੱਲਾਂ ਦੇ ਬਾਵਜੂਦ ਵੀ ਮੋਦੀ ਫੈਕਟਰ ਕੰਮ ਕਰ ਰਿਹਾ ਹੈ ਇਨ੍ਹਾਂ ਇਲੈਕਸ਼ਨਸ ਦੇ ਵਿੱਚ ਡਾਕਟਰ ਸਾਹਿਬ ਕੋਈ ਇਹ ਸਾਰਾ ਤੁਸੀਂ ਦੱਸਿਓ ਤਾਂ ਮੈਂ ਰਿਪੀਟ ਨਹੀਂ ਕਰਾਂਗਾ ਟਾਈਮ ਬਚਾਵਾਂਗੇ ਤਾਂ ਵੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇੱਕ 183 ਲੱਖ ਕਰੋੜ ਕਰਜ਼ਾ ਹੋ ਗਿਆ 55 ਲੱਖ ਸੀ ਕਰੋੜ ਸੀਗਾ ਜਿੰਨੇ ਹੀ ਆਏ ਸੀ ਕੋ 183 ਲੱਖ ਕਰੋੜ ਇਹ ਨੋਟੀਫਿਕੇਸ਼ਨ ਹੈ ਸੀਟਾ ਰਮਨ ਜੀ ਦੀ ਕਰੀ ਹੋਈ ਬਜਟ ਦੇ ਤਨਾ ਜੀ ਮੈਂ ਹਵਾ ਚਲੀ ਬੋਲਿਆ ਇਹ ਭਾਰਤ ਸਰਕਾਰ ਜੋ ਮੈਂ ਹੈ ਬਾਕੀ ਸੂਬਿਆਂ ਦੀ ਸਰਕਾਰਾਂ ਦਾ ਵੱਖਰਾ ਹੈ ਇਸ ਕਰਕੇ ਉਹ 210 15 ਕਰੋੜ ਬਣ ਜਾਂਦਾ ਟੋਟਲ 210 15 ਡੱਕ ਕਰੋ ਤੇ ਇਹ ਜਿਹੜਾ ਇੰਨਾ ਕਰਜ਼ਾ ਵਧ ਗਿਆ ਉਹ ਜੋ ਤੁਸੀਂ ਕਿਹਾ IMF ਦੀ ਵਾਰਨਿੰਗ ਹੋਰ ਹੁਣ ਮੋਦੀ ਸਾਹਿਬ ਜਿਹੜਾ ਅੱਗੇ ਆਉਣਾ ਚਾਹੁੰਦੇ ਨੇ ਮੋਦੀ ਸਾਹਿਬ ਚਾਹੁੰਦੇ ਤਾਂ ਹਰੇਕ ਹੀ ਹੁੰਦਾ ਵੀ ਮੈਂ ਆਵਾ ਉਹਨਾਂ ਦੀ ਬੁਖਲਾਟ ਹੀ ਦੱਸ ਰਹੀ ਹੈ ਵੀ ਉਹ ਅੱਗੇ ਨਹੀਂ ਆ ਰਹੇ ਸੀ ਪੰਜਵੇਂ ਗੇਟ ਤੱਕ ਉਹਨਾਂ ਦੀ ਬੁਖਲਾਟ ਸੀਗੀ ਉਹ ਬੁਖਲਾਟ ਦੇ ਵਿੱਚ ਉਹ ਬੋਲਦੇ ਸੀਗੇ ਵੀ ਦੇਖੋ ਇੱਕ ਦਿਨ ਮੈਂ ਉਹਨਾਂ ਦਾ ਭਾਸ਼ਣਾਪਨ ਸੁਣਿਆ ਹੈ ਦੇਖੋ ਜੇ ਹਾਰ ਜਾਤੇ ਹੋ ਤਾਂ ਮੰਨੀ ਹਾਰਨਾ ਹੈ ਕਦੇ ਜੀਤੋਗੇ ਵੀ ਲਗੇ ਰਹਿਣਾ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਨਰਸੋ ਤੇ ਇਹ ਮੈਂ ਸਭੀ ਪਾਰਟੀਆਂ ਕੇ ਲਿਏ ਬੋਲਦਾ ਹੂੰ ਬਾਅਦ ਮੇ ਇਹ ਵੀ ਕਹਾ ਕੋਈ ਇਹ ਤਾਂ ਪਤਾ ਲੱਗਦਾ ਵੀ ਉਹ ਹਾਰ ਰਹੀ ਸੀ ਤੇ ਦੂਜੀ ਗੱਲ ਉਹ ਜਿਹੜਾ ਹਿੰਦੂ ਮੁਸਲਮਾਨ ਬਹੁਤ ਜ਼ਿਆਦਾ ਕਰਨ ਲੱਗੇ ਥੋੜੇ ਮੰਗਲਸੂਤ ਲਾ ਦੇਣਗੇ ਥੋੜੀਆਂ ਮੱਝਾਂ ਖੋਲ ਲੈਣਗੇ ਇਹ ਪੀਜਾ ਪਾਕਿਸਤਾਨ ਤੇ ਕਿ ਇਹ ਜਿਹੜਾ ਸਾਰਾ ਕੁਝ ਕਰਨਗੇ ਨੇ ਪਾਕਿਸਤਾਨ ਦੇ ਵਿੱਚ ਜਸ਼ਨ ਮਨਾਏ ਜਾਣਗੇ ਇਹ ਹਾਲਾਂਕਿ ਆਜ਼ਾਦ ਨਹੀਂ ਹੈ ਇਲੈਕਸ਼ਨ ਕਮਿਸ਼ਨ ਸੁਣਤਾ ਪਿਆ ਕਰਨੇ ਸਾਂਹਾਂ ਪੈ ਕੁਤਵਾਲ ਤੇ ਫਿਰ ਡਰ ਕਾਹੇਗਾ ਸੋ ਇਹਨਾਂ ਨੂੰ ਕੋਈ ਡਰ ਨਹੀਂ ਹੈ ਮੋਦੀ ਸਾਹਿਬ ਜਿਹੋ ਜਿਹੇ ਭਾਸ਼ਣ ਕਰ ਰਹੇ ਨੇ ਜੋ ਜੀਆਂ ਗੱਲਾਂ ਕਰ ਰਹੇ ਨੇ ਅਮਿਤ ਸ਼ਾਹ ਜੀ ਜੋ ਜਿਹੇ ਗੱਲਾਂ ਕਰ ਰਹੇ ਨੇ ਇਹ ਕਮਨਲ ਪ੍ਰਚਾਰ ਤਾਕਤ ਦਾ ਵਰਤੋਂ ਇਹ ਸਾਰਾ ਕੁਝ ਹੋਣੀ ਭਾਵੇਂ ਇਲੈਕਸ਼ਨ ਕਮਿਸ਼ਨ ਤੋਂ ਆਜ਼ਾਦ ਚੜ੍ਹ ਕੇ ਕਰਿਆ ਹੋਵੇ ਹੁਣੀ ਆਹ ਦੋਹਧਾਰੀਆਂ ਦੀਆਂ ਜਿਹੜੀਆਂ ਸੇਵਾ ਚ ਵਾਅਦਾ ਕਰੇਗੇ ਨੇ ਸੇਵਾ ਕਾਲ ਚ ਇੱਕ ਡੀਆਰਡੀਓ ਦੇ ਹੈਗੇ ਨੇ ਤੇ ਉਹ ਸੈਕਟਰੀ ਦਾ ਵੀ ਸ਼ਾਇਦ ਕੰਮ ਕਰਦਾ ਡੀਆਰਡੀਓ ਦੇ ਚੇਰਮੈਨ ਨੇ ਉਹਨਾਂ ਦਾ ਵਾਅਦਾ ਕਰਿਆ ਇੱਕ ਹੋਰ ਦਾ ਕਰਿਆ ਗਿਆ ਜੇ ਇਸ ਦਾ ਵਾਅਦੇ ਕਾਲ ਚ ਹੋਈ ਜਾਣੇ ਨੇ ਸਭ ਕੁਝ ਹੋਈ ਜਾਣਾ ਹੈ ਚਾਹੇ ਉਹਨਾਂ ਦੇ ਵਿੱਚ ਫਿਰ ਵੀ ਉਹ ਰੂਟੀਨ ਚ ਕਿਸੇ ਬੰਦੇ ਦੀ ਪੀਐਨ ਦੀ ਵੀ ਪੋਸਟਿੰਗ ਨਹੀਂ ਕਰਨ ਦਿੰਦਾ ਡੈਕਸ਼ਨ ਕਮਿਸ਼ਨ ਕਿਤੇ ਨਾ ਕਿਤੇ ਬੜਦਾ ਖ ਮਤਲਬ ਖੱਪਾ ਲੌਜੀਕਲ ਇਹ ਹੈ ਵੀ ਦੁਨੀਆ ਦੇ ਵਿੱਚ ਵੀ ਭਾਰਤ ਦਾ ਜਿਹੜਾ ਸਾਰੇ ਪਾਸਿਓਂ ਕਿਹੜਾ ਛੱਡ ਗਿਆ ਹੋਇਆ ਹੈ ਚਾਹੇ ਉਹ ਅਸੀਂ ਪ੍ਰੈਸ ਫਰੀडम ਦੇ ਵਿੱਚ ਡੈਲੀਏ ਚਾਹੇ ਮਨੁੱਖੀ ਅਧਿਕਾਰਾਂ ਦੇ ਵਿੱਚ ਡੈਲੀਏ ਚਾਹੇ ਬੋਲਣ ਦੀ ਆਜ਼ਾਦੀ ਦੇ ਵਿੱਚ ਡੈਲੀਏ ਚਾਹੇ ਅਸੀਂ ਭੋਜਨ ਦੇ ਵਿੱਚ ਵੀ ਅਸੀਂ ਕਿੰਨੀ ਕੁ ਰੋਟੀ ਦਿੰਨੇ ਆ ਆਪਦੇ ਲੋਕਾਂ ਨੂੰ ਉਹਦੇ ਵਿੱਚ ਡੈਲੀਏ ਚਾਹੇ ਅਸੀਂ ਆਪਦੇ ਆਰਥਿਕਾਰੇ ਦੇ ਰੂਪ ਚ ਡੈਲੀਏ ਅਸੀਂ ਕਿਸੇ ਵੀ ਤਰ੍ਹਾਂ ਦੇਖੀਏ ਤਾਂ ਅਸੀਂ ਬਹੁਤ ਪਿੱਛੇ ਗਏ ਹੋਇਆ ਬਾਕੀ ਸਾਡਾ ਅੰਕੜਾ 300 ਤੋਂ 300 ਕਹਿੰਦਾ ਉੱਤੇ ਰਹਿਣਾ ਮਤਲਬ ਅਸੀਂ ਸਵਦੇਸ਼ਣ ਤੋਂ ਤਾਂ ਪਿੱਛੇ ਨਹੀਂ ਰਹਿ ਨਹੀਂ ਆ ਕਿ ਜਿਹੜੇ ਖਤ੍ਸਤਾਨੇ ਕਿ ਜਿਹੜੇ ਵੀ ਹੈ ਕਿ ਜਿਹੜੇ ਪੱਤੀ ਹੈ ਸੋ ਇਹ ਜਿਹੜਾ ਹੈਗਾ ਸਾਡਾ ਹਾਲਤ ਮਾੜੀ ਹੋਈ ਹੈ ਇਹ ਚ ਕੋਈ ਦੋੜਾਈ ਨਹੀਂ ਜਾਈ ਹੁਣ ਮੋਦੀ ਸਾਹਿਬ ਇਹ ਸੁਖ ਬਰਾਏ ਹੋਏ ਨੇ ਇਹ ਕਬਰਾਂਟ ਦੇ ਵਿੱਚੋਂ ਕਿਸ ਜਾਂਦੇ ਨੇ ਹੁਣ ਹੁਣ ਕਹਿਣ ਲੱਗੇ ਅਸੀਂ 400 ਜਿੱਤ ਜਾਨੀਆਂ ਨੇ ਤੇ ਫਿਰ ਲੋਕ ਕਹਣਗੇ ਰੈਡਕਸ਼ਨ ਕਮਿਸ਼ਨ ਨੇ ਜਿਤਾਤਾ ਇਹਨਾਂ ਨੂੰ ਮਿਰਚਾਂ ਲੱਗਣਗੀਆਂ ਫਿਰ ਇੰਡੀਆ ਐਲਾਈਅੰਸ ਹੋਰ ਸਾਰਾ ਕੁਝ ਪਰ ਉਹਦੇ ਵਾਸਤੇ ਹੁਣ ਹਰਵੇ ਇਹੋ ਜੇ ਵਰਤਨ ਲੱਗੇ ਅਮਿਤ ਸ਼ਾਹ ਜੀ ਇੱਥੇ ਆ ਕੇ ਕਹਿ ਗਏ ਬੀਨ ਸਿੰਘ ਦੇ ਕਾਤਲਾਂ ਨੂੰ ਅਸੀਂ ਕਦੇ ਨਹੀਂ ਛੋੜਾਂਗੇ ਜਿਹੜੇ ਇੱਥੇ ਕਹਿੰਦੇ ਸੀ ਨਾ ਵੀ ਹੁਣ ਬੰਦੀ ਸਿੰਘਾਂ ਨੂੰ ਰਿਹਾਈ ਕਰ ਦੇਣਗੇ ਉਹਨਾਂ ਦੀ ਤੋਫਟੀ ਪੁੱਛ ਕੇ ਆ ਕੇ ਤੇ ਉਹਦੇ ਵਿੱਚ ਕੀ ਹੋ ਗਰਮ ਦਲੀਏ ਹੋਰ ਕੁਝ ਕਹਿੰਦੇ ਉਹ ਗਰਮ ਕਰ ਦੇਣਗੇ ਉਹਨਾਂ ਨੂੰ ਤਾਂ ਕਿ ਅਕਾਲੀ ਦਲ ਜਿਹੜਾ ਪੂਰੀ ਦੂਜਾ ਅਕਾਲੀ ਦਲ ਬਾਰੇ ਕੁਝ ਕਿਹਾ ਨਹੀਂ ਉਹਨਾਂ ਨੂੰ ਉਮੀਦ ਹੈ ਮੈਂ ਤਾਂ ਕਹਿਣਾ ਜੇ ਪੂਰਾ ਆਪਣੇ ਜਿੱਤਣ ਦੀ ਉਮੀਦ ਹੁੰਦੀ ਤਾਂ ਅਕਾਲੀ ਦਲ ਨੂੰ ਛੁੜਕ ਕੇ ਜਾਂਦੇ ਅਕਾਲੀ ਦਲ ਨੂੰ ਨਹੀਂ ਕੁਝ ਕਿਹਾ ਵੀ ਜੇ ਇੱਕ ਕੱਡੀ ਸੀਟ ਵੀ ਜਿੱਤ ਗਏ ਯਾਰ ਸਾਡੇ ਨਾਲ ਰਲ ਜਾਣ ਇਹ ਕਰਕੇ ਚੁੱਪ ਰਹੇ ਨੇ ਕਾਂਗਰਸੀਆਂ ਨੂੰ ਬੜਾ ਕੁਝ ਕਿਹਾ ਹੈ ਆਪ ਨੂੰ ਬੜਾ ਕੁਝ ਕਿਹਾ ਹੈ ਗਰਮ ਦਲੀਆਂ ਨੂੰ ਵੀ ਕਹਿ ਗਏ ਕਿਉਂਕਿ ਉਹ ਜਿਆਦਾ ਗਰਮ ਹੋ ਜਾਣਾ ਤੇ ਪਰ ਆਵਦੀ ਪਾਰਟੀ ਦਾ ਪ੍ਰਚਾਰ ਕਰਤਾ ਆਪ ਬਾਰੇ ਇਹ ਅਕਾਲੀ ਦਲ ਬਾਰੇ ਚੁੱਪ ਰਹੇ ਨੇ ਇਹ ਤੋਂ ਹੀ ਪਤਾ ਲੱਗਦਾ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਖੰਦ ਚਾਹੀਦੀ ਇੱਕ ਇੱਕ ਸੀਟ ਦੀ ਵੀ ਕੀਮਤ ਹੈ ਭਈ ਨਾ ਪੰਜਾਬ ਨੂੰ ਉਹਨਾਂ ਨੇ ਬਿਲਕੁਲ ਖੁੱਡੇ ਨਹੀਂ ਲਾਇਆ ਹੋਇਆ ਸੀ ਉਹਨੋਂ ਚਾਹੁੰਦੇ ਨੇ ਵੀ ਪੰਜਾਬ ਚੋਂ ਵੀ ਇੱਕ ਅੱਧੀ ਸੀਟ ਅਸੀਂ ਲੈ ਜਾਈਏ ਇੱਕ ਅੱਧੀ ਅਕਾਲੀ ਲੈ ਜਾਣ ਅਸੀਂ ਫਿਰ ਸਾਂਝੀ ਪਾ ਕੇ ਤੇ ਅਸੀਂ ਕਰ ਲਈਏ ਔਰ ਇੱਥੋਂ ਤੱਕ ਕਹਿ ਦਿੱਤਾ ਵੀ ਭਗਵੰਤ ਮਾਨ ਦੀ ਸਰਕਾਰ ਬਾਅਦ ਵਿੱਚ ਜਿਆਦਾ ਦੇਰ ਨਹੀਂ ਚੱਬਣੀ ਜੀ ਤੋਂ ਇੰਡੀਕੇਸ਼ਨ ਇਹ ਵੀ ਲੱਗਦੀ ਹੈ ਵੀ ਹੋ ਸਕਦਾ ਭਗਵੰਤ ਮਾਨ ਦੇ ਜਿਹੜੇ ਜਿੱਤਨ ਉਹਨਾਂ ਨੂੰ ਵੀ ਕੋਸ਼ਿਸ਼ ਕਰਨ ਕਿ ਤੁਸੀਂ ਜਦ ਸਾਡੇ ਨਾਲ ਜੋ ਪਰ ਭਗਵੰਤ ਮਾਨ ਕੱਲਾ ਬੇਸ਼ੱਕ ਕਿਧਰੇ ਇੱਧਰ ਉੱਧਰੋਂ ਕਰ ਲੈਣ ਜਿਵੇਂ ਵੀ ਜੋ ਹੋਏ ਜੇ ਦਬਾਅ ਆਉਂਦੇ ਨੇ ਉੰਜ ਭਗਵੰਤ ਮਾਨ ਨੇ ਤਾਂ ਕਹਿਦਾ ਵੀ ਕਿਵੇਂ ਤੋੜ ਦੋਗੇ 92 ਸੀਟਾਂ ਨੇ ਸਾਡੀਆਂ ਪਰ ਉਹ ਇਹ ਦੇਖਦੇ ਨਹੀਂ ਵੀ ਜਦ ਤੋੜਨਾ ਹੋਵੇ ਸਰਕਾਰ ਨੇ ਉਦੋਂ ਕਦੇ ਵੀ ਤੋੜ ਦਿੰਦੇ ਨੇ ਆਹ ਮਾਤਰ ਟੋਲੀ ਵੇਹੇ ਸੀ ਉਹ ਸਫਲ ਨਹੀਂ ਹੋਏ ਅਰਾਧ ਸੰਜੇ ਪ੍ਰੋਜੈਕਟੀ ਉੱਤੇ ਸਫਲ ਨਹੀਂ ਹੋਇਆ ਪਰ ਮਦਦਪ੍ਰੇਰਿਤਾ ਪੋਲਿਟਿਕਸ ਚਲ ਕਾ ਸੋਮਦੀ ਸਾਹਿਬ ਬੁਖਨਹਾਟ ਕੇ ਹੈਗੇ ਸੀ ਹੁਣ ਕੁਛ ਕਨਫੀਡੈਂਟ ਆ ਰਹੇ ਨੇ ਗੀਤੋਂ ਇਹ ਕਨਫੀਡੈਂਟ ਕਦ ਬਣੇ ਨੇ ਇੱਕ ਲਾਈਨ ਹੈਗਾ ਮੈਂ ਆਪਦੀ ਗੱਲ ਖਤਮ ਕਰਦਾ ਜਿੱਦੈ ਸੁਪਰੀਮ ਕੋਰਟ ਨੇ ਇਹਨਾ ਵੀਵੀਪੈਟ ਦਾ ਵਾਲਾ ਰੱਦ ਕਰਤਾ ਮਾਮਲਾ ਤੇ ਹੁਣ ਸੁਪਰੀਮ ਕੋਰਟ ਨੇ 17 ਸੀ ਫਾਰਮ ਦਾ ਮਾਮਲਾ ਰੱਦ ਕਰਤਾ ਉਹਦੇ ਤੋਂ ਮੁੰਦੀ ਸਾਹਿਬ ਪੂਰੇ ਹਵਾ ਚ ਆਈ ਹੋਈ ਨੇ ਵਿਹੁੰਤਾ ਫੱਟੀ ਜਿੱਤਿਆਂ ਸੋ ਇਸ ਤੋਂ ਮੈਨੂੰ ਹੋਰ ਸ਼ੰਕਾ ਪੈਦਾ ਹੁੰਦਾ ਹੈ ਕਿੱਥੇ ਨਕਤੀ ਅਗਲੀ ਗੱਲ ਆ ਮਸ਼ੀਨਾ 200 ਕਿੰਨੀ ਮਸ਼ੀਨ ਖੜੀ ਗਈ ਹੈ ਆਜਮਗੜ ਕੇ ਕਿੱਥੇ ਟਰੱਕ ਦੇ ਉੱਤੇ ਜਾਂਦੀ ਕਿਉਂ ਲੈ ਕੇ ਗਿਆ ਬਈ ਉੱਥੇ ਜਦ ਤੁਸੀਂ ਜਿਹੜਾ ਸਟਰੋਂਗ ਰੂਮ ਹੈ ਉਹਦੇ ਵਿੱਚ ਕੋਈ ਚੀਜ਼ ਬੰਦਾ ਵੀ ਅੰਦਰ ਨਹੀਂ ਬੰਨਾ ਜਿੰਦਾ ਲੱਗਿਆ ਹੋਣਾ ਸਭ ਕੁਝ ਹੋਣਾ ਹੈ ਕਿ ਤੁਸੀਂ ਚੋਰੀਆਂ ਲਾ ਜਾ ਰਹੇ ਹੋ ਤੇ ਪਾਟੀਆਂ ਫਟ ਬੰਦੀਆਂ ਨੇ ਚਾਹੇ ਜੋ ਮਰਜੀ ਕਾਰਨ ਹੋਵੇ ਹਾਇ ਤਾਂ ਠੱਗੀ ਦਾ ਮਾਮਲਾ ਨਾ ਫਿਰ ਸੋ ਇਹੋ ਜਿਹੇ ਠੱਗੀਆਂ ਬਥੇਰੀ ਜਗ੍ਹਾ ਤੇ ਵੱਧ ਜੀਆਂ ਨੇ ਇੱਕ ਬੂਥ ਕੈਪਚਰ ਦੇ ਉਹ ਬੰਦਾ ਬੀਜੇਪੀ ਨੂੰ ਵੋਟ ਪਾ ਰਹੇ ਛੇ ਸਤਾ ਹੜਾ ਕੇ ਜਰੂਰੀ ਨਹੀਂ ਉਹ ਬੀਜੇਪੀ ਦੇ ਹੀ ਹੋਵੇ ਵੀ ਕਿ세 ਦੂਜੇ ਨੇ ਭੇਜਾ ਉਹ ਯਾਰ ਤੂੰ ਬੀਜੇਪੀ ਨੂੰ ਪਾ ਕੇ ਹੰਦਾ ਕਾਦੀ ਇਹ ਕੁਛ ਵੀ ਆਪਕਿਉਂਕਿ ਪਾਰਟੀਆਂ ਦਾ ਕੋਈ ਧੀਨ ਨਾ ਮਿਲਿਆ ਅੱਜ ਪਰ ਮੋਦੀ ਸਾਹਿਬ ਪੂਰੀ ਹਵਾ ਚ ਨੇ ਅਲੋਨਾ ਦਾ ਹਵਾ ਚ ਫੋਨ ਲਿਆ ਉਹ ਇਸ ਕਰਕੇ ਮੈਨੂੰ ਲੱਗਦਾ ਜਿਆਦਾ ਵੀ ਉਹਨਾਂ ਨੇ ਦੇਖ ਲਿਆ ਕਿ ਸੁਪਰੀਮ ਕੋਰਟ ਨੇ ਜਿਹੜੀ ਦਖਲਅੰਦਾਜ਼ੀ ਕਰਕੇ ਇਹ ਸਾਡੀ ਜਿਹੜੀ ਠੱਗੀ ਚੋਰੀ ਸੀ ਹੋਣ ਦੀ ਸੰਭਾਵਨਾ ਜਿਹੜੀ ਲੋਕ ਜाहिर ਕਰਦੇ ਨੇ ਜਿਹੜੇ ਦੋ ਵੀ ਉਹਦੇ ਰਾਹੀਂ ਤੇ ਜਿਹੜਾ ਅਰਣ ਗੋਇ ਨੇ ਸਿਫਾ ਦਿੱਤਾ ਵੀ ਉਹਨੂੰ ਵੀ ਦਿਖਾਵਾਂਗੇ ਬਿਲਕੁਲ ਤੋਂ ਦੇਗਾ ਸੀ ਇਹ ਸਵਾਲ ਦੇਖਣਾ ਸੀ ਕਰਾ ਦੇਆ ਕਿ ਉਹਦੇ ਉੱਤੇ ਹੁਣ ਉਹਨਾਂ ਨੂੰ ਹੌਸਲਾ ਜ਼ਿਆਦਾ ਹੋਇਆ ਕਿਉਂਕਿ ਸੁਪਰੀਮ ਕੋਰਟ ਨੇ ਹੱਥ ਖੜੇ ਕਰਤੇ ਜੀ ਡਾਕਟਰ ਸਰ ਔਰ ਇੱਕ ਚੀਜ਼ ਹੋ ਰਹੀ ਹੈ ਕਿ ਜਿਸ ਨਾਲ ਸੀ ਕਹਿਨੀ ਹੈ ਕਿ 10 ਸਾਲਾਂ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ ਕੋਈ ਇਦਾਂ ਦੀਆਂ ਪੱਤਰਕਾਰਾਂ ਨਾਲ ਗੱਲਾਂ ਬਾਤਾਂ ਨਹੀਂ ਹੋਈਆਂ ਪਰ ਇਹਨਾਂ ਦਿਨਾਂ ਦੇ ਵਿੱਚ 40 ਤੋਂ ਵੱਧ ਇੰਟਰਵਿਊਜ਼ ਦਿੱਤੀਆਂ ਨੇ ਉਹਨਾਂ ਨੇ ਵੱਖ-ਵੱਖ ਟੀਵੀ ਚੈਨਲਜ਼ ਨੂੰ ਔਰ ਐਕਸਪਰਟਸ ਸਹੀ ਕਹਿੰਦੇ ਨੇ ਕਿ ਇਹ ਉਹਨਾਂ ਦੀ ਪੀ ਆਰ ਕੈਂਪੇਨ ਦਾ ਹਿੱਸਾ ਹੈ ਅਸਲੀ ਮਾਇਨੇਸ ਇੰਟਰੋ ਇੰਟਰਵਿਊਜ਼ ਨਹੀਂ ਹੈਗੀਆਂ ਅਸਲੀ ਮਾਇਨੇਸ ਉਹ ਹਾਰਡ ਕੁਐਸਚਨਸ ਨਹੀਂ ਪੁੱਛੇ ਗਏ ਇਹ ਬੜੇ ਸੌਫਟ ਕੁਐਸਚਨਸ ਨੇ ਔਰ ਇਹ ਪਬਲਿਸਿਟੀ ਕੈਂਪੇਨ ਹੈ ਔਰ ਦੂਜੀ ਗੱਲ ਇਹ ਕਹੀ ਜਾਂਦੀ ਹੈ ਯੈਸ ਸਰ ਬਿਲਕੁਲ ਕੰਪਲੇਨ ਹੈ ਕਿਉਂਕਿ ਬੋਦੀ ਸਾਹਿਬ ਹਾਰਡ ਕੁਐਸਚਨ ਤਾਂ ਵੈਸੀ ਨਹੀਂ ਉਹ ਤਾਂ ਅਮਰੀਕਾ ਦੀ ਪ੍ਰੈਸ ਨੂੰ ਨਹੀਂ ਪੁੱਛਣ ਲੰਦੇ ਉੱਥੇ ਟੰਣ ਵਾਲੇ ਆਏ ਸੀਗੇ ਜਦ ਇੱਕ ਸਵਾਲ ਪੁੱਛ ਲਿਆ ਸੀ ਕਿਸੇ ਪੱਤਰਕਾਰ ਨੇ ਸੋ ਸਵਾਲ ਵੀ ਤੁਸੀਂ ਕਿੱਦਾ ਕਿਵੇਂ ਖਾਣੇ ਹੋ ਜੀ ਛਿਲਦੇ ਕਿਸ ਤਰ੍ਹਾਂ ਹੋ ਚਾਕੂ ਨਾਲ ਛਿੱਲਦੇ ਹੋ ਜਾਂ ਹੱਥ ਨਾਲ ਛਿੱਲਦੇ ਹੋ ਉਹ ਹੀ ਜਾਂ ਗੱਲਾਂ ਕਰਕੇ ਉਹ ਤੁਸੀਂ ਕੋਟ ਕਿੱਦਾਂ ਦਾ ਪਾਉਨੇ ਹੋ 10 ਲੱਖ ਦਾ ਕੋਟ ਦੇ ਬਾਰੇ ਸਵਾਲ ਕਰ ਹੀ ਜਾਂਗੇ ਹੈ 8000 ਕਰੋੜ ਦੇ ਹਵਾਈ ਜਹਾਜ਼ਾਂ ਦੇ ਸਵਾਲ ਕਰ ਹੀ ਜਾਂਗੇ ਸੋ ਇਹ ਹੋ ਜਾ ਬਿੰਚ ਭੋਜਨ ਕਿੰਨੇ ਵਾਲੇ ਕੱਪੜੇ ਵਸ ਰਹੇ ਹੋ ਸੋ ਇਹੋ ਜਿਹੇ ਸਵਾਲ ਕਰਕੇ ਕਿ ਤੁਸੀਂ ਇਹਨਾਂ ਬੋਡੀ ਕਿਵੇਂ ਜਾਣਦੇ ਹੋ ਤੁਸੀਂ ਇਹਡੀਆਂ ਕਿਵੇਂ ਕਰਦੇ ਹੋ ਕੀ ਖਾਂਦੇ ਹੋ ਜੀ ਦੇ ਕਰਕੇ ਤੁਹਾਡੀ ਗਲਾ ਖਰਾਬ ਨਹੀਂ ਹੁੰਦਾ ਸੋ ਇਹ ਜਿਹੇ ਸਵਾਲ ਕਰਨਗੇ ਉਹ ਕੋਈ ਸਿਆਸੀ ਸਵਾਲ ਨਹੀਂ ਕਰਨਗੇ ਤੇ ਇਹੀ ਪ੍ਰਚਾਰ ਦਾ ਕੈਂਪੇਨ ਹੈ ਕਿ ਮੋਦੀ ਸਾਹਿਬ ਯੋਗਪੁਰਸ਼ ਨਹੀਂ ਮੋਦੀ ਸਾਹਿਬ ਆਪਣੇ ਆਪ ਨੂੰ ਯੋਗਪੁਰਸ਼ ਬਣਾਉਣ ਵਾਸਤੇ ਚੋਣਾਂ ਦੇ ਦੌਰਾਨ ਚੋਣ ਪ੍ਰਚਾਰ ਕਰ ਰਹੇ ਨੇ ਆਪ ਦਾ ਕਿ ਮੈਂ ਹੀ ਯੋਗਪੁਰਸ਼ ਮੈਂ ਹੀ ਪਾਤਨ ਬਣ ਸਕਦਾ ਮੈਨੂੰ ਵੋਟ ਦਿਓ ਕੀ ਗੱਲ ਕਹੀ ਤੁਸੀਂ ਜੀ ਔਰ ਕਿਆ ਜਾਨਦਾ ਹੈ ਕਿ ਜੋ ਇਹ ਸਾਰੇ ਕੈਂਪੇਨ ਹੈ ਕਿ ਪ੍ਰਾਈਮ ਮਿੰისტਰ ਮੋਦੀ ਨੂੰ ਹਰਾਇਆ ਨਹੀਂ ਜਾ ਸਕਦਾ ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਸਰ ਸਾਰੇ ਐਕਸਪਰਟਸ ਬੈਠ ਕੇ ਗੱਲ ਕਰਦੇ ਨੇ ਕਿ ਜੇ ਤੀਸਰੀ ਟਰਮ ਦੇ ਵਿੱਚ ਜਿੱਤ ਜਾਂਦੇ ਨੇ ਪ੍ਰਾਈਮ ਮਿੰისტਰ ਮੋਦੀ ਔਰ ਫਿਰ ਤੋਂ ਸੱਤਾ ਚ ਆ ਜਾਂਦੀ ਹੈ ਬੀਜੇਪੀ ਤਾਂ ਉਸ ਤੋਂ ਬਾਅਦ ਭਾਰਤ ਦੀ ਰਾਜਨੀਤੀ ਦੇ ਵਿੱਚ ਹਿੰਦੂਤਵ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਏਗਾ ਮਾਈਨੋਰਟੀਜ਼ ਦੇ ਲਾਈਟ ਦੇ ਵਿੱਚ ਇਹ ਗੱਲ ਕਰਨੀ ਚਾਹਾਂਗੇ ਔਰ ਦੂਸਰਾ ਮੀਡੀਆ ਕਿੱਥੇ ਖੜਾ ਹੋਏਗਾ ਔਰ ਸੋਸ਼ਲ ਮੀਡੀਆ ਦਾ ਕੀ ਹਾਲ ਹੋਏਗਾ ਥਰਡ ਟਰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਡਾਕਟਰ ਸਾਹਿਬ ਅਗੋਥ ਟਰਮ ਪੂਰੀ ਡਿਕਟੇਟ ਚ ਪਹੁੰਚੇਗੀ ਜਿਹੜੀ ਹੁਣ ਅੱਧੀ ਹੈ ਇਹ ਪੂਰੀ ਹੋਏਗੀ ਮੀਡੀਆ ਬਿਲਕੁਲ ਬੰਦ ਹੋ ਜਾਏਗਾ ਮੀਡੀਆ ਉਹੀ ਬੋਲੇਗਾ ਜਿਵੇਂ ਹੁਣ ਜੋ ਗੋਦੀ ਮੀਡੀਆ ਕਰਦਾ ਹੈ ਸਾਰਾ ਸੋਸ਼ਲ ਮੀਡੀਆ ਦਾ ਬੰਦ ਹੋ ਜਾਏਗਾ ਜੋ ਉਹੀ ਕੁਝ ਕਰੇਗਾ ਲੋਕਾਂ ਨੂੰ ਫੜ ਕੇ ਅੰਦਰ ਪਾਇਆ ਜਾਏਗਾ ਲੋਕਾਂ ਨੂੰ ਭੁੱਖੇ ਮਾਰਿਆ ਜਾਏਗਾ ਬੋਲਣ ਦੀ ਆਜ਼ਾਦੀ ਬਿਲਕੁਲ ਖਤਮ ਹੋਏਗੀ ਬਿਲਕੁਲ ਹਿੰਦੂਤਵਾ ਮਾਇਨੋਰਟੀਜ਼ ਉੱਤੇ ਵੱਡੇ ਹਮਲੇ ਹੋਣਗੇ ਉਹ ਪਹਿਨੇ ਵੋਲਪਾ ਜੀ ਨੇ ਕਹਿੰਦਾ ਸੀ ਵੀ ਚੁੱਪ ਕਰਕੇ ਰਹੋ ਹਿੰਦੂ ਆਪਰੋਚਨੇ 1000 ਸਾਲ ਤੋਂ ਰਲ ਰਹੇ ਨੇ ਜੇ ਤੁਹਾਨੂੰ ਜਾਤੀ ਵਿਕਰਗਨ ਤਾਂ ਚੁੱਪ ਕਰਕੇ ਰਹੋ ਸੋ ਚੁੱਪ ਕਰਕੇ ਰਹਿੰਦੇ ਅੱਜ ਉਹ ਸੰਵਿਧਾਨ ਟੋਟਲ ਬਦਲਤਾ ਜੋ ਇਹਨਾਂ ਦੇ ਆਪਦੇ ਬੰਦੇ ਕਹੀ ਜਾਂਦੇ ਨੇ ਵੀ ਸੰਵਿਧਾਨ ਆਪੀ ਬਦਲ ਦੇਣਾ ਉਹ ਇਹਨਾਂ ਨੂੰ ਡਿਫੈਂਸ ਕਰਨਾ ਪਿਆ ਉਹਨੇ ਓਪਨਲੀ ਕਰਕੇ ਹਾਂ ਬਦਲਾਂਗੇ ਸੋ ਇਹ ਸਾਰਾ ਕੁਝ ਹੈ ਜਿਹੜਾ ਡਿਕਟੇਟਰਸ਼ਪਰ ਨੂੰ ਵਧੇਗਾ ਪਰ ਇੱਕ ਲਾਈਨ 'ਚ ਮੈਂ ਇਹ ਗੱਲ ਕਹਾਂਗਾ ਵੀ ਇੱਥੇ ਕੰਸ ਵੀ ਆਏ ਨੇ ਇੱਥੇ ਕਾਰੂ ਵੀ ਆਏ ਨੇ ਇੱਥੇ ਕਹਿਰੋ ਵੀ ਆਏ ਨੇ ਦਰਯੋਧਨ ਵਰਗੇ ਕਿ ਇੱਥੇ ਰਾਵਣ ਵੀ ਹੈਗੇ ਸੀ ਇੱਥੇ ਰਹਿਹਾ ਕੋਈ ਨਹੀਂ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਜਿੱਥੇ ਮੋਦੀ ਸਾਹਿਬ ਬੈਠੇ ਨੇ ਇੱਥੇ ਕਈ ਬੈਠ ਕੇ ਗਏ ਨੇ ਕਈ ਹੋਰ ਬੈਠਣਗੇ ਮੋਦੀ ਸਾਹਿਬ ਨੇ ਕੋਈ ਗਾਜ ਨਹੀਂ ਗੱਡੇ ਹੋਏ ਪਤਾ ਨਹੀਂ ਕਦ ਕੁਦਰਤ ਦਾ ਆਦਮੀ ਹਾਂ ਹਮ ਆਦਮੀ ਹਾਂ ਇੱਕਦਮ ਪਤਾ ਨਹੀਂ ਲੱਗਦਾ ਦੰਮ ਕਰ ਕੀ ਹੋ ਜਾਂਦਾ ਕਦ ਕਿਹਲੇ ਪਾਸੇ ਹੁੰਦਾ ਕੁਦਰਤ ਬੜੀ ਵਿਸ਼ਾਲ ਹੈ ਤੇ ਇਹਦੇ ਵਿੱਚ ਮਨੁੱਖਤਾ ਜਿਹੜੀ ਹੈ ਲੋਕਾਂ ਦਾ ਰੋਹ ਬੜਾ ਵਿਸ਼ਾਲ ਹੈ ਹਿੱਟਣ ਦੇ ਬਾਵਜੂਦ ਵੀ ਜੇ ਤੁਸੀਂ ਇੱਕ ਗੱਲ ਦੇਖੋਗੇ 2014 ਚ ਮੋਦੀ ਸਾਹਿਬ ਜਿੱਤੇ ਉਸ ਤੋਂ ਬਾਅਦ ਲੋਕ ਬੋਲੇ ਨਹੀਂ ਭਾਵੇਂ ਕਿ ਨੋਟਬੰਦੀ ਕਰਤੀ ਜੀਐਸਟੀ ਕਰਤਾ ਲੋਕ ਉਨਾ ਜ਼ਿਆਦਾ ਨਹੀਂ ਬੋਲੇ ਐਨੇ ਬੰਦੇ ਮਰ ਗਏ ਰੈਲਵੇ 'ਚ ਖੜੇ ਰਹੇ ਲੋਕਾਂ ਦੇ ਵਪਾਰ ਬੰਦ ਹੋ ਗਏ ਬੋਲੇ ਨਹੀਂ 19 ਤੋਂ ਬਾਅਦ ਲੋਕਾਂ ਨੇ ਬੋਲਣਾ ਸ਼ੁਰੂ ਕਰਿਆ ਕਰੋਨਾ 'ਚ ਐਨ ਡੰਡਾ ਫੇਰ ਕੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਬਾਕੀ ਮਿਲਕਾਂ 'ਚ ਨਹੀਂ ਹੋਇਆ ਇੱਥੇ ਕੱਡੇ ਇਸ ਮੁਲਕ 'ਚ ਹੋਇਆ ਜਿਸ ਤਰੀਕੇ ਨਾਲ ਅੰਕੜਿਆਂ ਦੇ ਉੱਤੇ ਸ਼ੰਕਾ ਪੈਂਦੇ ਰਹਿੰਦੇ ਹੀ ਬਹੁਤ ਸਾਰਾ ਕੁਝ ਆਉਂਦਾ ਰਿਹਾ ਪਰ ਲੋਕ ਬੋਲਦੇ ਕਿਸਾਨ ਅੰਦੋਲਨ ਸਭ ਤੋਂ ਵੱਡਾ ਅੰਦੋਲਨ ਸੀ 2019 ਤੋਂ ਬਾਅਦ ਮੋਦੀ ਸਾਹਿਬ ਦੀ ਪਹਿਲੀ ਹਾਰ ਸੀ ਕਿ ਕਿਸਾਨਾਂ ਨੇ ਕਾਨੂੰਨ ਵਾਪਸ ਕਰਾ ਲਏ ਤੇ ਮੋਦੀ ਸਾਹਿਬ ਨੂੰ ਵਾਪਸ ਕਰਨੇ ਪਏ ਇਹ ਪਹਿਲੀ ਹਾਰ ਸੀ ਮੋਦੀ ਸਾਹਿਬ ਦੀ ਜੀ ਲੋਕਾਂ ਦੇ ਸਾਹਮਣੇ ਉਹ ਪਾਰਲੀਮੈਂਟਰੀ ਤੌਰ ਤੇ ਫਿਰ ਵੀ ਨਹੀਂ ਹਾਲੇ ਕਿਉਂਕਿ ਕਾਨੂੰਨ ਬਿਹਾਉਂਦੇ ਵੀ ਆਪੇ ਸੀ ਵਾਪਸ ਵੀ ਕਦੇ ਆਪੇ ਲੈਣੇ ਹੁਕਮ ਕਰਿਆ ਕੈਬਨਿਟ ਚ ਨਹੀਂ ਫੈਸਲਾ ਹੋਇਆ ਸੀ ਪਹਿਨਾ ਅਨਾਉਂਸ ਆਫਟਰ ਸੋ ਮੋਦੀ ਸਾਹਿਬ ਉਦੇਚ ਹਾਰੇ 2019 ਚ 2019 ਤੋਂ ਬਾਅਦ ਜਿਹੜੀ ਚੋਣ ਹੋ ਰਹੀ ਆ ਇਹਦੇ ਚ ਜਿੰਨਾ ਇਤਕੀ ਲੌਲਾ ਪਿਆ ਹੈ ਜਿੰਨਾ ਇਤਕੀ ਹਿਰਾਫਰੀ ਦੀ ਗੱਲ ਹੋਈ ਆ ਜਿੰਨਾ ਇਤਕੀ EVMਾਂ ਦੀ ਗੱਲ ਹੋਈ ਆ ਉਨੀ ਪਹਿਲਾਂ ਕਦੀ ਨਹੀਂ ਹੋਈ ਕਿ ਜਿੰਨੀਆਂ ਸੰਸਾਧਾਵਾਂ ਮਰੀਆਂ ਨੇ ਤੇ ਜਿੰਨਾ ਉਹਦੇ ਖਿਲਾਫ ਲੋਹ ਹੋਇਆ ਚਾਹੇ ਉਹ ਸ਼ਹੀਨਵਾਗ ਆਲਾ ਰੋ ਸੀ ਚਾਹੇ ਕਿਸਾਨਾਂ ਦਾ ਰੋ ਸੀ ਚਾਹੇ ਉਹ ਵਿਦਿਆਰਥੀਆਂ ਦਾ ਰੋ ਸੀ ਕਹੀ ਜਾਣ ਇਹ ਇਹ ਤਾਂ ਜੀ ਫੁੱਟਪੌਥ ਸ਼ਕਤੀਆਂ ਨੇ ਇਹ ਤਾਂ ਜੀ ਟੁਕੜੇ ਟੁਕੜੇ ਗੈਂਗ ਨੇ ਇਹਨਾਂ ਦੇ ਕਹਿ ਨਾਲ ਫੱਕ ਨਹੀਂ ਪੈਂਦਾ ਇਹਦੇ ਅੱਗੇ ਇੱਕ ਹੋਰ ਫੀਨੋਮੈਨਾ ਹੋਇਆ ਵਰਤਾਲਾ ਚੱਲਿਆ ਕਿ ਅੱਗੇ ਵਿਰੋਧੀ ਪਾਰਟੀਆਂ ਕਦੀ ਵੀ ਇੰਨੀਆਂ ਇਕੱਠੀਆਂ ਨਹੀਂ ਹੋਈਆਂ ਸਿਵਾਏ ਐਮਰਜੈਂਸੀ ਤੋਂ ਬਾਅਦ ਉਹ ਆਟੋਮੈਟ ਇਕੱਠੀਆਂ ਹੋਈਆਂ ਸੀ ਅੱਜ ਕੀ ਇਕੱਠੀਆਂ ਕਲੀਆਂ ਗਈਆਂ ਨੇ ਤੇ ਉਹ ਵਿਰੋਧੀ ਪਾਰਟੀਆਂ ਦਾ ਵੀ ਇਕਾ ਜਿਆਦਾ ਇਹਨਾਂ ਦੇ ਖਿਲਾਫ ਹੈ ਪਿੱਛੇ ਨਾ ਸੋ ਤੀਜੀ ਤਰ੍ਹਾਂ ਤੋਂ ਤਾਂ ਬਾਤ ਆ ਫਿਰ ਬਿਲਕੁਲੀ ਇੱਕ ਕਿਸਮ ਦਾ ਸਫਾਇਆ ਹੋਏਗਾ ਤੇ ਵੱਡੀਆਂ ਮੂਵਮੈਂਟ ਚੱਲਣਗੀਆਂ ਮੇਰੇ ਹਿਸਾਬ ਨਾਲ ਹੁਣ ਵੀ ਜੇ ਤੁਸੀਂ ਦੇਖੋ ਇੰਗਲੈਂਡ ਚ ਕੱਲ ਮੈਂ ਦੇਖ ਰਿਹਾ ਸੀ ਕਿ ਮਜਾਰਾ ਹੋ ਰਿਹਾ ਉਹ ਮਜਾਰਾ ਹੋ ਰਿਹਾ ਵੀ ਇਹ ਮ ਖਤਮ ਕਰੋ ਇੰਗਲੈਂਡ ਦੇ ਵਿੱਚ ਮਜਾਰਾ ਹੋ ਰਿਹਾ ਭਾਰਤ ਦੇ ਬਾਰੇ ਅਰ ਉਹਦੇ ਵਿੱਚ ਕੱਲੇ ਭਾਰਤ ਦੇ ਵਿਦਿਆਰਥੀ ਨਹੀਂ ਹੈਗੇ ਉਹਦੇ ਸ ਤੇ ਪਰ ਉਹਦੇ ਚ ਮੁਸਲਮਾਨ ਤੇ ਪਾਕਿਸਤਾਨੀ ਨਹੀਂ ਹੈਗੇ ਜਿੱਥੇ ਜਿਹੜਾ ਨਾਰਾ ਹੁੰਦਾ ਨਾ ਪਾਕਿਸਤਾਨ ਜਸ਼ਨ ਮਨਾਏਗਾ ਅੱਜ ਇੰਗਲੈਂਡ ਗੋਰੀ ਗੋਰਿਆਂ ਦੇ ਮੁੜਕੇ ਚ ਗੋਰੇ ਕਹਿ ਰਹੇ ਨੇ ਵੀ ਇਹ ਬੰਦ ਕਰੋ ਕਿਉਂਕਿ ਜਿੰਨਾ ਮੁਲਕਾਂ ਨੇ ਇਹ ਵੀ ਬੰਦੀ ਸੀ ਬਣਾਈ ਸੀ ਉਹ ਤਾਂ ਤਾਂ ਬੰਦ ਕਰਤੀ ਸਾਡੇ ਵਾਲੇ ਕਹਿੰਦੇ ਵੀ ਰਹੀ ਜਾਦੂ ਦੀ ਛੜੀ ਵਧੀਆ ਕਰਦਾ ਕੰਪਿਊਟਰ ਬੈਂਕ ਨੇ ਆਪਾਂ ਦੇਖਦੇ ਨਹੀਂ ਪਹਿਲਾਂ ਜਦ ਚੈੱਕ ਰਹੀਂ ਪੈਸੇ ਤੁਸੀਂ ਕਢਾ ਕੇ ਸਾਰਾ ਕੰਮ ਹੁੰਦਾ ਸੀ ਉਦੋਂ ਇਹ ਵੀ ਨਹੀਂ ਘਟ ਹੁੰਦੀ ਸੀ ਬੈਂਕਾਂ ਚ ਹੁਣ ਤਾਂ ਕਰੋੜਾਂ ਰੁਪਏ ਇਕੱਠਾ ਹੋੜ ਜਾਂਦਾ ਕਿਉਂਕਿ ਹੈਰਫਰੀ ਉਸਕਿਉਂ ਜਿੰਨੀ ਟੈਕਨੋਲੋਜੀ ਤੇਜ਼ ਹੁੰਦੀ ਹੈ ਉਨੀ ਹੈਰਫਰੀ ਵੀ ਤੇਜ਼ ਹੋ ਜਾਂਦੀ ਹੈ ਜੀ ਇਹਦੇ ਚ ਇੱਕ ਚੀਜ਼ ਹੋਰ ਆਪਾਂ ਇੱਕ ਲਾਸਟ ਮੈਂ ਤੁਹਾਡੇ ਕੋਲੋਂ ਕਮੈਂਟ ਚਾਹਾਂਗਾ ਤੀਸਰੀ ਟਰਮ ਦੇ ਵਿੱਚ ਮੋਦੀ ਜੀ ਆਉਂਦੇ ਨੇ ਤਾਂ ਭਾਰਤ ਦੀ ਇਕਨੋਮੀ ਕਿੱਥੇ ਜਾਏਗੀ ਕਿਉਂਕਿ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਹੈ ਮੈਂ ਪਹਿਲਾਂ ਵੀ ਕਿਹਾ ਇੰਟਰਨੈਸ਼ਨਲ ਮਾਨਿਟਰੀ ਫੰਡ ਨੇ ਅਲਰਮਿੰਗ ਸਿਚੁਏਸ਼ਨ ਦਿੱਤੀ ਹੈ ਔਰ ਕਿਹਾ ਹੈ ਕਿ ਭਈ ਇਹਨੂੰ ਕੰਟਰੋਲ ਕਰੋ ਇਹ ਮੋੜਨਾ ਕਿੱਥੇ ਹੈ ਤੇ ਇਕਨੋਮੀ ਕਿੱਥੇ ਖੜੀ ਹੋਏਗੀ ਕਰਜ਼ਾ ਕਿੱਥੇ ਖੜਾ ਹੋਏਗਾ ਤੀਸਰੀ ਟਰਮ ਦੇ ਵਿੱਚ ਡਾਕਟਰ ਸਾਹਿਬ ਜੀ ਤਰਮ ਦੇ ਵਿੱਚ ਸਾਡਾ ਪਾਕਿਸਤਾਨ ਉਹ ਵੀ ਮਾੜਾ ਹਾਲ ਹੋ ਜਾਣਾ ਕਿਉਂਕਿ ਜਿਹੜਾ ਸਾਰਾ ਅਰਥਚਾਰਾ ਹੈ ਉਹ ਕੁਝ ਹੱਥਾਂ 'ਚ ਚਲੇ ਜਾਣਾ ਹੈ ਉਹ ਜਿਹੜੇ ਹੱਥ ਅਰਥਚਾਰੇ ਵਾਲੇ ਨੇ ਉਹ ਸਿਰਫ ਮੁਨਾਫਾ ਦੇਖਦੇ ਨੇ ਉਹ ਲੋਕਾਂ ਦੀ ਲੋੜ ਨਹੀਂ ਦੇਖਦੇ ਲੋੜ ਵਾਸਤੇ ਗੁੱਡ ਪ੍ਰੋਡਿਊਸ ਨਹੀਂ ਕਰਦੇ ਉਹ ਸਾਜੋ ਸਮਾਨ ਜਿਹੜਾ ਪੈਦਾ ਕਰਦੇ ਨੇ ਆਪਦੇ ਵਾਸਤੇ ਕਰਦੇ ਨੇ ਕੁਝ ਉੱਪਰ ਦੇ ਤਬਕੇ ਦੇ ਲੋਕ ਰਹਿ ਜਾਂਦੇ ਨੇ ਕਿ ਬਾਕੀ ਠੱਗਿਆੜੇ ਇਸ ਕਰਕੇ ਬੇਚੈਨੀ ਪੂਰਾ ਅਰਥਚਾਰਾ ਡੁੱਬੇਗਾ ਉਹਦੇ ਅਰਥਚਾਰੇ ਦੇ ਡੁੱਬਣ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਵੀ ਦੇਸ਼ ਦੀ ਛਵੀ ਠੱਲੇ ਜਾਏਗੀ ਦੇਸ਼ ਨੂੰ ਠੂਠਾ ਜਿਵੇਂ ਆਨਾਗ ਕਿਸੇ ਵੀਲੇ ਮੰਗਣ ਵਾਸਤੇ ਠੂਠਾ ਲੈ ਕੇ ਜਾਂਦੇ ਸੀ ਹੁਣ ਪੈਸਿਆਂ ਵਾਸਤੇ ਹਾਰੇ ਕੱਢਣੇ ਪੈਣਗੇ ਤੇ ਦੂਜੀ ਗੱਲ ਦੇਸ਼ ਦੇ ਵਿੱਚ ਲੋਕਾਂ ਦਾ ਰੋਹ ਹੈ ਜਿਹੜਾ ਉਹ ਜ਼ਿਆਦਾ ਵਧੇਗਾ ਵੱਡੇ ਜਿਹੜੇ ਐਜੀਟੇਸ਼ਨਾਂ ਹੋਣਗੀਆਂ ਅਗਲੇ 5 ਸਾਲਗੇ ਮੋਦੀ ਸਾਹਿਬ ਦੀ ਇਹ ਟਰਮ ਆਉਂਦੀ ਹੈ ਕਿਉਂ ਹੋਣਗੀਆਂ ਉਹ ਇਹ ਨਹੀਂ ਕਿ ਮੋਦੀ ਸਾਹਿਬ ਦੇ ਵਿਰੁੱਧ ਹੋਣਗੇ ਲੋਕ ਜਾਂ ਬੀਜੇਪੀ ਦੇ ਵਿਰੁੱਧ ਹੋਣਗੇ ਲੋਗ ਬਦ ਅਮਨੀ ਜਿਹੜੀ ਪੈਦਾ ਕਰੀ ਜਾ ਰਹੀ ਹੈ ਲੋਕਾਂ ਦੀ ਜਿਹੜੀ ਰੋਜ਼ਗਾਰ ਖੋਏ ਜਾ ਰਹੇ ਨੇ ਹੁਣ ਵੀ ਪਿੰਨ ਪਤੇ ਜਿੰਨੇ ਖੋਏ ਜਾ ਰਹੇ ਨੇ ਜਿੰਨਾ ਭ੍ਰਿਸ਼ਟਾਚਾਰ ਹੋ ਜਾਏਗਾ ਜਿੰਨਾ ਡੰਡਾ ਫੇਰਿਆ ਜਾਏਗਾ ਉਨੇ ਹੀ ਜ਼ਿਆਦਾ ਜਮੇ ਜਬਦ ਬਾਣ ਲੱਗੇ ਕਵੇ ਤਬਰੂਸ ਜਾਗੇ ਇੱਕ ਤਾਂ ਇਹੀ ਨਹੀਂ ਹੈ ਸਾਇੰਸ ਵੀ ਇਹ ਦੱਸਦੀ ਹੈ ਜਿੰਨੀ ਖੁੱਦ ਨੂੰ ਕਿਸੇ ਨੂੰ ਤੁਸੀਂ ਦਬਾਉਣਿਓ ਉਨੇ ਜੋਰ ਨਾਲ ਰੋਕਦੇ ਹੋ ਉਸਦੀ ਹੈ ਸੋ ਉਹ ਜੋਰ ਨਾਲ ਰੋਤੰਗੇ ਉਹ ਕਿਦੋਂ ਰੋਕਨੇ ਤੇ ਦਬਾਉਣ ਵਾਲੀ ਸਰਕਾਰ ਹੈ ਇਹ ਵਿੱਚ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੰਨਾ ਵਿਸ਼ੇ ਦੇ ਉਤੇ ਇਨਲਾਈਟਨ ਕੀਤਾ اور اِس یہی پرماتما کے اردس کرتے ہیں کہ سب کچھ سکھاواں ہوئے سب کچھ ودیا بہت, بہت شکریہ ڈاکٹر سر اور اسی, اسی طرح تو اپروچ کر کے این لائٹن ہوں رہے تھنکو سو مچ سر سو درشکوں کو گزارش اپنے وچار ان باکس کرو سا چینل پنجاب میل یو ایس اے ٹی وی سبسکرائب کرو کال